ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਕੀ ਖਾਸਸ਼ੋ ਸਾਡੇ ਦਰਸ਼ਕਾਂ ਵਾਸਤੇ ਅੱਜ ਦਾ ਪ੍ਰੋਗਰਾਮ ਅਸੀਂ ਲਾਈਵ ਕਰ ਰਹੇ ਹਾਂ ਔਰ ਲਾਈਵ ਵੀ ਕਿੱਥੋਂ ਕਰ ਰਹੇ ਹਾਂ ਜਿੰਦਾਂ ਨਾ ਅਕਸਰ ਅਸੀਂ ਸਟੂਡੀਓ 'ਚ ਬੈਠ ਕੇ ਗੱਲ ਕਰੀਦੀ ਹੈ ਸਕਾਈਪ 'ਤੇ ਗੱਲ ਕਰੀਦੀ ਹੈ ਫੋਨ 'ਤੇ ਗੱਲ ਕਰੀਦੀ ਹੈ ਅੱਜ ਉਹਨਾਂ ਦੇ ਅਸੀਂ ਆਫਿਸ ਕਹ ਲੋ ਸਟੂਡੀਓ ਕਹ ਲੋ ਉਹਨਾਂ ਦੇ ਆਫਿਸ 'ਤੋਂ ਇਹ ਆ ਇੱਥੇ ਆਏ ਹੋਏ ਆ ਅੱਜ ਦੇ ਦਿਨ ਅਸੀਂ ਗੱਲ ਕਰੀਦੀ ਹੈ ਜੀ ਮੌਰਗੇਜ ਦੀ ਜਾਣਕਾਰੀ ਲਈਦੀ ਹੈ ਰੀਅਲ ਅਸਟੇ ਬਹੁਤ ਵਧੀਆ ਲਾਹੇਵੰਦ ਸਭ ਤੋਂ ਹੁੰਦੀ ਸਾਡੇ ਸਾਰਿਆਂ ਵਾਸਤੇ ਹੋ ਸੋ ਅੱਜ ਸਾਡੇ ਦਰਸ਼ਕ ਸਮਝ ਗਏ ਹੋਣਗੇ ਜੀ ਕਿ ਅੱਜ ਅਸੀਂ ਪਹੁੰਚੇ ਆ ਫਰੇਜ਼ਨੋ ਦੇ ਵਿੱਚ ਜੈਂਡਰ ਮਾਰਗੇਜ ਐਂਡ ਰੀਅਲ ਅਸਟੇਟ ਦਾ ਜਿਹੜਾ ਆਫਿਸ ਹੈਗਾ ਮੂਨ ਸਿੰਘ ਚੀਮਾ ਜੀ ਉਹਨਾਂ ਦਾ ਅੱਜ ਨਾਲੇ ਤਾਂ ਚਲੋ ਦਰਸ਼ਨ ਮਿਲੇ ਹੋਗੇ ਤੇ ਨਾਲੇ ਇੱਥੋਂ ਪ੍ਰੋਗਰਾਮ ਲਾਈਵ ਤੁਹਾਡੇ ਰੂਬਰੂ ਕਰ ਰਹੇ ਆ ਸਵਾਗਤ ਕਰਦੇ ਆ ਮੂਨ ਸਿੰਘ ਚੀਮਾ ਜੀ ਦਾ ਭਾਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਜਗੀ ਭਾਜੀ ਸਤਿ ਸ਼੍ਰੀ ਅਕਾਲ ਜਸਟੀਨ ਜੁੜੇ ਸਭ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਨਾ ਕਹਿੰਦੇ ਵੀ ਇੱਕ ਮਾਹੌਲ ਹੁੰਦਾ ਤੇ ਮੈਂ ਇੱਥੇ ਨਾ ਵੀ ਕੰਮ ਹੋਵੇ ਫ੍ਰੈਜਨੋ ਦੇ ਵਿੱਚ ਤੇ ਦਿਲ ਕਰਦਾ ਹੁੰਦਾ ਵੀ ਇੱਕ ਅੱਧਾ ਮਹੀਨੇ ਚ ਚੱਕਰ ਲਾ ਕੇ ਤੁਹਾਡੇ ਆਫਿਸ ਦੇ ਵਿੱਚ ਉਹ એનર્ਜੀ ਇਕੱਠੀ ਕਰ ਲਈਏ ਤੇ ਅੱਜ ਵੀ ਮੈਂ ਦੇਖ ਰਿਹਾ ਜੀ ਚਾਰ ਚਫੇਰੇ ਤਕਰੀਬਨ ਮੇਲੇ ਵਾਲਾ ਮਾਹੌਲ ਹੈ ਸਾਈਨ ਕਰ ਰਹੇ ਨੇ ਲੋਕ ਧੜਾ ਧੜ ਜਿਹੜੇ ਲੋਨ ਜਿਨ੍ਹਾਂ ਦੇ ਅਪਰੂਵ ਹੋ ਗਏ ਨੇ ਮੈਂ ਤਿੰਨ ਚਾਰ ਜਗ੍ਹਾ ਦੇਖਿਆ ਇੱਥੇ ਵੀ ਆਪਾਂ ਜਿੱਥੇ ਸ਼ੂਟਿੰਗ ਕਰ ਰਹੇ ਇੱਥੇ ਵੀ ਆਏ ਸੀ ਕਹਿੰਦੇ ਮੈਂ ਕਿਹਾ ਵੀ ਪਾਜੀ ਇੱਥੇ ਸਾਨੂੰ ਥੋੜਾ ਟਾਈਮ ਦਿਓ ਲਾਈਵ ਕਰਨ ਲਈ ਉਸ ਤੋਂ ਬਾਅਦ ਕਰ ਲਿਓ ਤੇ ਚਲੋ ਬਹੁਤ ਬਹੁਤ ਪਹਿਲਾਂ ਤਾਂ ਸ਼ੁਭ ਕਿ ਅਸੀਂ ਵੀ انرਜਿਕ ਹੋ ਜੰਨੇ ਆ ਸੋ ਅੱਜ ਮੈਂ ਜਿਹੜਾ ਦੇਖ ਰਿਹਾ ਸੀ ਕਾਫੀ ਲੋਗ ਸਾਈਨ ਕਰ ਰਹੇ ਨੇ ਇਹ ਜਿਆਦਾ ਰੀਫਾਈਨਾਂਸ ਵਾਲੇ ਹੈਗੇ ਜਾਂ ਫਾਈਨਾਂਸ ਵਾਲੇ ਹਾਂਜੀ ਹਾਂਜੀ ਸੋ ਜਗੀ ਭਾਜੀ ਸ਼ੁਰੂ ਤੋਂ ਪਹਿਲਾਂ ਮੈਂ ਆਪਣੀ ਆਈਡੀ ਸੈ ਡਿਕਲੇਅਰ ਕਰਨਾ ਚਾਹਾਂਗਾ ਜੀ ਜਿਹੜੀ ਮੇਰੀ ਕੱਲੋ ਲੋਨ ਦੀ ਆਈਡੀ ਹੈਗੀ ਐਨਮਲਸ ਆਈਡੀ ਨੰਬਰ ਉਹ ਹੈਗਾ 698952 ਜਿਹੜਾ ਸਾਡਾ ਜ਼ੰਦਰ ਰੀਅਲ ਸਿਨ ਨਾਲ ਜੁੜਾ ਮੇਰੀ ਜਿਹੜੀ ਡੀਆਰ ਆਈ ਨੰਬਰ ਹੈਗੀ ਹੈ ਉਹ ਹੈ ਜੀ 02067197 ਹੁਣ ਮੁੱਖਰੀਏ ਤੁਹਾਡੇ ਸਵਾਲ ਵਾਸਤੇ ਵੀ ਜਿਹੜਾ ਕਹਿੰਦੇ ਨੇ ਕਿ ਇਸ ਵੇਲੇ ਕੀ ਮੌਲ ਚੱਲ ਰਿਹਾ ਹੈਗਾ ਹੁਣ ਕਾਫੀ ਜਿਹੜੇ ਸਾਡੇ ਕੋਲ ਵੈਸੇ ਜਗੀ ਭਾਰੀ ਹਰ ਇੱਕ ਤਰ੍ਹਾਂ ਦੇ client ਆਉਂਦੇ ਨੇ ਕਿਸੇ ਨੇ ریਫਾਈਨਾਂਸ ਕਰਾਉਣਾ ਹੈ ਕਿਸੇ ਨੇ ਘਰ ਖਰੀਦਣਾ ਉਹਦੇ ਵਾਸਤੇ ਲੋਨ ਚਾਹੀਦਾ ਉਹਦੇ ਨਾਲ ਨਾਲ ਜੇ ਕਿਸੇ ਨੇ ਕਹਿ ਲਓ ਵੀ ਕਮਰਸ਼ੀਅਲ ਦਾ ਲੋਨ ਕਰਾਉਣਾ ਹੈਗਾ ਜਾਂ ਐਗਰੀਕਲਚਰ ਖੱਤਿਆਂ ਦੇ ਲੋਨ ਕਰਾਉਣੇ ਨੇ ਜਾਂ ریਫਾਈਨਾਂਸ ਕਰਾਉਣੇ ਨੇ ਉਹ ਵੀ ਕੰਮ ਜਿਹੜਾ ਚੱਲਦਾ ਪਿਆ ਹੁਣ ਇਸ ਵੇਲੇ ਜਿਹੜਾ ਕੰਮ ਹੈਗਾ ਹਾਲੇ ਵੀ ਜਿਹੜਾ ਕਹਿ ਲਓ ਵੀ 60% 60% ਜਿਹੜਾ ਕੰਮ ਹੈਗਾ ਉਹ ਹਾਲੇ ਵੀ ریਫਾਈਨਾਂਸ ਦਾ ਹੈਗਾ ਲੇਕਿਨ ਜਿਹੜੀ ਪਰਚੇਸ ਦਾ ਜਿਹੜਾ ਸੀਜ਼ਨ ਹੈ ਕਹ ਲੋ ਵੀ ਪਰਚੇਸ ਦੀ ਜਿਹੜੀ ਡਿਮਾਂਡ ਹੈ ਉਹ ਵੀ ਨਾਲ ਨਾਲ ਹੁਣ ਥੋੜੀ ਹੋਰ ਅੱਗੇ ਨੂੰ ਵਧਣੀ ਸ਼ੁਰੂ ਹੋ ਗਈ ਹੈ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਰੀਫਾਈਨੈਂਸ ਵਾਲਾ ਕੰਮ ਥੜਾ ਹੈਗਾ ਇਹ ਥੋੜਾ ਘਟ ਜਾਊਗਾ ਕਿਉਂਕਿ ਜਿਹੜੇ ਵਿਆਜ ਹੈ ਉਹ ਥੋੜੇ ਬੋਲੇ ਵੱਧ ਜਾਣੇ ਜਦੋਂ ਵਿਆਜ ਵੱਧ ਗਿਆ ਤੇ ਲੋਕਾਂ ਨੇ ਕਹਿਣਾ ਹੁਣ ਕੀ ਰੀਫਰੈਂਸ ਕਰਦਾ ਹਾਂ ਉਹ ਤੇ ਫਾਇਦਾ ਕੋਈ ਨਹੀਂ ਰਿਹਾ ਲੇਕਿਨ ਜਿਹੜੇ ਲੋਕਾਂ ਨੇ ਘਰ ਖਰੀਦਨੇ ਆ ਉਹ ਜਿਹੜਾ ਕੰਮ ਹੈ ਉਹ ਥੋੜਾ ਬੋਧ ਫਿਰ ਪਿੱਕ ਕਰ ਜਾਂਦਾ ਅੱਛਾ ਮੈਂ ਜਿਵੇਂ ਹੁਣ ਸਾਈਨ ਕਰ ਰਹੇ ਸੀ ਦੇਖ ਰਿਹਾ ਮੈਂ ਫੈਮਿਲੀਆਂ ਬੈਠੀਆਂ ਸਾਈਨ ਸੈਕਰਾਮੈਂਟੋ ਮਰੀਂਦਾ ਸੀ ਉਦੋਂ ਤੇ ਇਹ ਕੀ ਹੈਗਾ ਕਰਿਆ ਕਿ ਇਹ ਵੀ ਕਰ ਜਾਂਦੇ ਜਾਂ ਇਹ ਵੈਸੇ ਹੀ ਇੱਥੇ ਆਏ ਨੇ ਫੈਮਿਲੀਜ਼ ਵੀ ਚਲੋ ਨਾਲੇ ਤੁਹਾਨੂੰ ਮਿਲ ਲੈਣੇ ਇੱਥੇ ਜਾਂ ਨਾਲੇ ਸਾਈਨ ਕਰ ਜਾਂਦੇ ਆਦਰਵਾਇਜ਼ ਤੇ ਘਰ ਜਾ ਕੇ ਵੀ ਕਰਦੇ ਨੇ ਮੇਰੇ ਖਿਆਲ ਹਣਾ ਸਾਡੇ ਪੰਜਾਬੀ ਭਾਈਚਾਰੇ ਜਿਹੜਾ ਇੱਕ ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ ਨਾ ਹੁਣ ਕਈ ਕਲਾਇੰਟਸ ਆ ਕੇ ਕਹਿੰਦੇ ਨੇ ਭਾਜੀ ਅਸੀਂ ਦਰਸ਼ਨ ਕਰਨੇ ਨਾਲੇ ਮਿਲਣਾ ਨਾਲੇ ਅਸੀਂ ਤੁਹਾਨੂੰ ਅਸੀਂ ਤੁਹਾਡੇ ਨਾਲ ਬਹਿ ਕੇ ਸਾਈਨ ਕਰਨੇ ਆ ਪੇਪਰ ਤੇ ਅਸੀਂ ਤੁਹਾਡੇ ਆਫਿਸ ਆਉਣਾ ਚਾਹੁੰਦੇ ਆ ਤੇ ਉਹਨਾਂ ਨੇ ਫਿਰ ਇਹ ਆਪਸ਼ਨ ਦੇ ਦਿੰਦੇ ਨੇ ਵੀ ਤੁਸੀਂ ਇੱਥੇ ਆਫਿਸ ਆ ਜਾਓ ਲੇਕਿਨ ਬੜੀ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਸਾਡੀਆਂ ਸਾਈਨਿੰਗਸ ਹੈਗੀਆਂ ਉਹ ਅਸੀਂ ਅੱਜ ਕੱਲ ਸਾਰੇ ਲੋਕ ਬਿਜ਼ੀ ਆ ਗਏ ਨੇ ਬਿਜ਼ਨਸ ਓਨਰਸ ਆ ਗਏ ਨੇ ਕਈਆਂ ਕੋਲ ਟਾਈਮ ਨਹੀਂ ਹੁੰਦਾ ਤੇ ਅਸੀਂ ਫਿਰ ਕੀ ਕਰਨੇ ਆ ਵੀ ਅਸੀਂ ਮੋਬਿਲ ਨੋਟਰੀ ਰੱਖੀ ਹੋਈ ਹੈ ਮੋਬਿਲ ਨੋਟਰੀ ਜਿਹੜੀ ਹੈਗੀ ਉਹਦਾ ਭਾਅ ਇਹ ਹੈਗਾ ਵੀ ਜੇ ਤੁਸੀਂ ਸੁਪੋਜ਼ ਕਰੋ ਸਾਡੇ ਸ਼ਹਿਰ 'ਚ ਨਹੀਂ ਦਿੰਦੇ ਤੁਸੀਂ ਕਿਤੇ ਕੋਈ ਐਲਏ ਜਾ ਰਿਹਾ ਕੋਈ ਸੈਂਡੀਏ ਕੋ ਚ ਰਹਿਦਾ ਕੋਈ ਮੰਟੀਕੇ ਜਾ ਕਰਾ ਕੋਈ ਟ੍ਰੇਸੀ ਜਾ ਹੈਗਾ ਤੇ ਫਿਰ ਜਿਹੜੀ ਅਸੀਂ ਨੋਟਰੀ ਹੈਗੀ ਹੈ ਉਸ ਏ ਦੀ ਨੋਟਰੀ ਲੱਭ ਕੇ ਉਹਨੂੰ ਅਸੀਂ ਉਹਨਾਂ ਦੇ ਘਰ ਜਾਂ ਆਲੇ ਦੁਆਲੇ ਕੋਈ ਸਟਾਰਬਕਸ ਹੋ ਗਿਆ ਕੋਈ ਬਿਜ਼ਨਸ ਕਈ ਜਿੱਥੇ ਪੁਆਇੰਟ ਤੇ ਜਾਗਰਿਸ਼ ਸਾਈਨ ਕਰ ਸਕਣ ਵੀ ਉੱਥੇ ਅਸੀਂ ਉਹਨਾਂ ਨੂੰ ਭੇਜ ਦਿੰਦੇ ਆ ਜਰੂਰੀ ਨਹੀਂ ਹੈਗਾ ਵੀ ਤੁਸੀਂ ਗੱਡੀ ਚ ਲਾ ਕੇ ਇੱਥੇ ਆਉਣਾ ਪਰ ਜਿਨ੍ਹਾਂ ਨੂੰ ਜਿੰਨੇ ਆਉਣਾ ਚਾਹੁੰਦੇ ਨੇ ਜਰੂਰ ਮੁੜ ਕੇ ਆਓ ਪਰ ਸਾਈਨ ਕਰਨ ਜਿਨ੍ਹਾਂ ਨੇ ਜਾਣਾ ਹੋਵੇ ਤੇ ਉਹ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਵਾਵਾ ਕੰਮ ਹੈਗਾ ਸਾਈਨ ਦਾ ਇਹਨਾਂ ਨੇ ਵੀ ਸਾਈਨ ਕਰ ਤੇ ਚਲੋ ਹੋ ਗਏ ਵਾਵਾ ਟਾਈਮ ਲੱਗਦਾ ਵਾਵਾ ਥੱਬਾ ਸਾਰਾ ਪੇਪਰਾਂ ਦਾ ਹੁੰਦਾ ਜਿਹੜਾ ਸਾਈਨ ਕਰਨਾ ਹੁੰਦਾ ਸੋ ਬੜਾ ਪੇਸ਼ੈਂਸ ਵਾਲਾ ਕੰਮ ਹੈਗਾ ਇੱਕ ਸਾਈਨ ਪਰ ਬੰਦਾ ਐਕਸਾਈਟਿਡ ਹੀ ਹੁੰਦਾ ਸਾਈਨ ਕਰਨ ਵੇਲੇ ਸਾਈਨ ਦਾ ਮਤਲਬ ਇਹ ਹੋ ਗਿਆ ਵੀ ਤੁਹਾਡਾ ਲੋਨ ਅਪਰੂਵ ਹੋ ਗਿਆ ਜਦੋਂ ਸਾਈਨ ਹੋ ਗਿਆ ਉਸ ਤੋਂ ਬਾਅਦ ਇਹ ਹੁੰਦਾ ਵੀ ਹੁਣ ਕੰਮ ਹੋ ਗਿਆ ਸੋ ਸਾਈਨ ਕਰਨ ਵਾਸਤੇ ਵੀ ਪੇਸ਼ੈਂਸ ਜ਼ਰੂਰੀ ਆ ਅੱਛਾ ਮਣੋ ਪਾਜੀ ਅਸੀਂ ਗੱਲ ਇਹ ਕਰਾਂਗੇ ਕਿ ਕੋਵਿਡ ਦਾ ਤਕਰੀਬਨ ਲੱਗਦਾ ਵੀ ਖਤਮ ਹੋ ਗਿਆ ਚਲੋ ਪਰਮਾਤਮਾ ਕਰੇ ਹੋਰ ਵੇਵ ਨਾ ਆਵੇ ਵੀ ਕੋਵਿਡ ਖਤਮ ਹੋ ਗਿਆ ਜੇ ਤੇ ਉਸ ਤੋਂ ਬਾਅਦ ਹੁਣ ਕੀ ਮਾਹੌਲ ਸਾਹਮਣੇ ਨਜ਼ਰ ਆਉਂਦਾ ਸਾਨੂੰ ਅਸੀਂ ਰੀਅਲ ਏਸਟੇਟ ਦੀ ਗੱਲ ਪਹਿਲਾਂ ਮੌਰਗੇਜ ਦੀ ਗੱਲ ਕਰਦੇ ਹਾਂ ਹਾਂਜੀ ਦੇਖੋ ਕੋਵਿਡ ਦੀ ਵਾਕਿਆ ਜਿਹੜੀ ਹੁਣ ਗੱਲਬਾਤ ਥੋੜੀ ਪਿੱਛੇ ਨੂੰ ਜਾਣੀ ਸ਼ੁਰੂ ਹੋ ਗਈ ਹੈ ਹੁਣ ਮਾਰਕੀਟ ਖੁੱਲਦੀ ਜਾਂਦੀ ਹੈ ਗਾਂਗਾ ਹਰ ਇੱਕ ਸ਼ਹਿਰ ਦੇ ਵਿੱਚ ਚਲਜੋ ਹਰ ਸਟੇਟ ਦੇ ਵਿੱਚ ਚਲਜੋ ਹੁਣ ਜਿਹੜਾ ਮਾਸਕ ਹੈ ਕੋਈ ਕੋਈ ਪਾਉਂਦਾ ਸ਼ੌਕੀਆਂ ਪਾਉਂਦੇ ਨੇ ਹੁਣ ਕਈ ਕਈ ਲੋਕੀ ਸੀਰੀਅਸ ਵੀ ਆ ਗਏ ਬੱਚੇ ਖਾਸ ਕਰਕੇ ਮੈਂ ਦੇਖੇ ਉਹ ਮਾਸਕ ਜੂੜ ਲਾ ਕੇ ਜਾਂਦੇ ਨੇ ਪਰ ਲੇਕਿਨ ਓਵਰ ਆਲ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਨੇ ਜਾਂ ਜਿਹੜੇ ਉਹਨਾਂ ਦੀ ਐਸੇ ਵਲੀ ਸੋਚ ਆ ਗਈ ਹੈ ਵੀ ਹੁਣ ਜਿਹੜੀ ਕਹੋ ਵੀ ਮਾਸਕ ਦੀ ਲੋੜ ਐ ਸੋਲੇ ਨਹੀਂ ਹੈਗੀ ਤੋ ਉਹ ਕਲੋਬਿਕੋਵਰ ਦਾ ਕੰਮ ਘਟਾ ਦਿੰਦਾ ਪਿਆ ਠੀਕ ਹੈ ਹੁਣ ਜੇ ਕੋਵਿਡ ਦਾ ਕੰਮ ਘਟ ਗਿਆ ਇਹਦਾ ਮਤਲਬ ਵੀ ਸਰਕਾਰ ਦੀ ਜਿਹੜੀ ਪਿਛਲੇ ਹੁਣ ਪਿੱਛੇ ਜਿਹੜੀ ਅਨਾਉਂਸਮੈਂਟ ਇਹ ਹੋਈ ਸੀਗੀ ਵੀ ਉਹਨਾਂ ਨੇ ਇਹ ਕਹਿਤਾ ਸੀ ਵੀ ਅਸੀਂ ਜਿਹੜੇ ਵਿਆਜ ਹੈਗੇ ਨੇ ਇਹ ਆਉਣ ਵਾਲੇ ਸਾਲ ਦੇ ਵਿੱਚ ਵੀ 2022 ਤੇ 2023 ਦੇ ਲਾਗੇ ਸ਼ਕੇ ਜਾ ਕੇ ਅਸੀਂ ਵਿਧਾਨੇ ਸ਼ੁਰੂ ਕਰ ਦਾਂਗੇ ਜੀ ਜਦੋਂ ਇੱਕ ਉਹ ਇਹੋ ਜੀ ਆਵਾਜ਼ ਦੇ ਦਿੰਦੇ ਨੇ ਫਿਰ ਜਿਹੜੇ ਬੈਂਕਾਂ ਵਾਲੇ ਉਹ ਸਤਰ ਹੋ ਜਾਂਦੇ ਆ ਉਹ ਰੈਡੀ ਹੋ ਜਾਂਦੇ ਆ ਉਹਨਾਂ ਨੇ ਫਿਰ ਆਪਣੇ ਜਿਹੜੇ ਰੇਟ ਹੌਲੀ-ਹੌਲੀ ਕਿ ਉਹ ਵਿਧਾਨੇ ਸ਼ੁਰੂ ਕਰ ਦਿੰਦੇ ਆ ਇਹ ਤਰਾ ਦਾ ਜਗੀ ਪਾ ਜੀ ਇਹਨਾਂ ਦਾ ਸਿਸਟਮ ਇਹ ਹੈਗਾ ਵੀ ਇੱਥੇ ਲੋਕੀ ਨੇ ਸ਼ੌਕ ਨਹੀਂ ਦਿੰਦੇ ਸਾਡੇ ਤੇ ਜੇ ਖਬਰ ਕਿਤੇ ਇੰਡੀਆ ਚ ਆਉਣੀ ਜਾਂਦੀ ਉਹ ਤੇ ਆ ਸਵੇਰੇ ਖਬਰ ਦਿੱਤੀ ਆ ਜੇ ਹੋ ਚਲਿਆ ਜੀ ਹਾਂਜੀ ਇੱਥੇ ਜਿਹੜਾ ਸ਼ਿਸ਼ਤਰਵਾਦ ਨੋਟ ਬੰਦ ਕਰਦੇ ਰਾਤੋ ਰਾਤ ਸਾਰਾ ਕੁਝ ਹੁੰਦਾ ਸਵੇਰੇ ਉੱਠਦੇ ਅਨੁਪਰ ਲੱਗਦਾ ਨੋਟ ਬੰਦੀ ਹੋਈ ਸੀ ਤੇ ਸਵੇਰੇ ਲੋਕਾਂ ਨੂੰ ਅੱਧ ਦਿਨ ਉਚਾਰਨ ਹੱਟਾ ਹੋਈ ਵੀ ਇਹ ਕੀ ਹੋ ਗਿਆ ਇੱਥੇ ਸਿਸਟਮ ਹੋਰ ਹੈਗਾ ਇੱਥੇ ਲੋਕੀ ਤੁਹਾਨੂੰ ਪ੍ਰੀਪੇਅਰ ਕਰਦੇ ਆ ਵੀ ਹੌਲੀ ਹੌਲੀ ਦੱਸਦੇ ਵੀ ਆਹ ਗੱਲਬਾਤ ਹੋਣ ਵਾਲੀ ਆ ਹੁਣ ਇਸ ਵੇਲੇ ਉਹਨਾਂ ਨੇ ਸਾਨੂੰ ਕਿਹਾ ਤਾਂ ਵੀ ਤੁਹਾਡੇ ਜਿਹੜੇ ਰੇਟਸ ਹੈਗੇ ਸੀ ਵਧਾਣੇ ਤੇ ਇਹਦੇ ਨਾਲ ਜਿਹੜਾ ਕੋਵਿਡ ਦਾ ਜਿਹੜਾ ਅਸਰ ਪਊਗਾ ਨਾ ਜੋ ਸਾਡੇ ਜਿਹੜਾ ਜੋ ਸਾਡਾ ਐਕਸਪੀਰੀਅੰਸਾਨੂੰ ਦੱਸਦਾ ਉਹ ਇਹ ਹੋ ਹੈਗਾ ਵੀ ਇਹਦੇ ਨਾਲ ਜਿਹੜੀ ਘਰਾਂ ਦੀ ਮਾਰਕੀਟ ਉਹ ਥੋੜੀ ਘਟ ਜੂਗੀ ਥੋੜੀ ਬੋਧੀ ਕਹੋ ਵੀ ਸਟੇਬਲ ਹੋ ਜੂਗੀ ਵੀ ਜਿਵੇਂ ਹੁਣ ਕਹਿੰਦਾ ਵੀ ਕੋਈ ਨਹੀਂ 20-30 ਹਜ਼ਾਰ ਵਾਧੇ ਦਿੰਨੇ ਆ ਜਾਂ 40 ਹਜ਼ਾਰ ਵਾਧੇ ਨੇ ਉਹ ਜਿਹੜਾ ਕੰਮ ਆ ਹੋਲੀ ਹੌਲੀ ਘਟ ਜੂਗਾ ਥੋੜੀ ਸਟੇਬਿਲਿਟੀ ਆ ਜੂਗੀ ਜਿਹੜਾ ਅਸੀਂ ਚਾਹੁੰਦੇ ਆ ਵੀ ਇਦਾਂ ਹੋ ਜਾਵੇ ਤਾਂ ਕਿ ਇਹ ਨਾ ਵੀ ਵਾਧੀ-ਵਾਧੀ ਬਹੁਤ ਜ਼ਿਆਦਾ ਵਾਧ ਜਾਵੇ ਅੱਛਾ ਗੱਲ ਕਰਦੇ ਸੀ ਬੈਂਕਾਂ ਨੇ ਹੌਲੀ-ਹੌਲੀ ਵਧਾਉਣਾ ਸ਼ੁਰੂ ਕਰਤਾ ਕਿ ਜਿਹੜੀ ਅਨਾਉਂਸਮੈਂਟ ਹੋਈ ਹੈ ਇਹ ਫੈਡਰਲ ਰਿਜ਼ਰਵ ਤੋਂ ਹੁੰਦੀ ਹੈ ਜੀ ਜਿਹੜੇ ਉਹਨਾਂ ਦੇ ਉਹਨਾਂ ਦੇ ਜਿਹੜਾ ਡਿਪਾਰਟਮੈਂਟ ਹੈਗੇ ਜਿਹੜੇ ਵਾਕਈ ਸਾਡੇ ਜਿਵੇਂ ਕਹਿੰਦੇ ਵੀ ਸੈਂਟਰਲ ਗਵਰਨਮੈਂਟ ਕਹ ਲੋ ਜਾਂ ਫੈਡਰਲ ਰਿਜ਼ਰਵ ਤੇ ਅਮਰੀਕਾ ਜਿਹੜੇ ਕਹਿੰਦੇ ਆ ਇਹ ਉਹਨਾਂ ਦੀ ਅਨਾਉਂਸਮੈਂਟ ਸੀਗੀ ਕਿ ਇਕਨੋਮੀ ਨੂੰ ਦੇਖਦੇ ਹੋਏ ਵੀ ਹੁਣ ਇਸ ਵੇਲੇ ਕੀ ਮੌਲ ਹੈਗਾ ਇਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਏ ਇੱਕ ਇਨਫਲੇਸ਼ਨ ਹੁੰਦੀ ਹੈ ਵੀ ਇੰਨੇ ਜਿਆਦਾ ਮਹਿੰਗਾਈ ਵੀ ਨਾ ਹੋ ਜਾਵੇ ਵੀ ਬਾਜ਼ਾਰ ਚ ਅਸੀਂ ਮੋੜ ਨਾ ਸਕੀਏ ਇਸ ਕਾ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਵਿਆਜ ਵਧਾਈ ਜਾਂਦੇ ਜੋ ਵਿਆਜ ਵਧਦੇ ਨੇ ਚਿੰਜਾਂ ਥ ਅਪੀਅਟ ਕਰ ਲਿਆ ਇਹਦਾ ਮਤਲਬ ਇਹ ਆ ਵੀ ਘੱਟੋ ਘੱਟ ਆਹ ਸਾਲ ਅਗਲਾ ਜਿਹੜਾ ਹੈਗਾ ਅਸੀਂ 2021 ਨੂੰ ਲੈ ਲਈਏ ਤੇ 2022 ਨੂੰ ਲੈ ਲਈਏ ਇਸ 2 ਸਾਲ ਦੇ ਵਿੱਚ ਲੋਕ ਫਿਰ ਇੱਕਦਮ ਹਜੇ ਵੀ ਇਹ ਜਿਹੜਾ ਘਰਾਂ ਦੀਆਂ ਪ੍ਰਾਈਸਾਂ ਨੇ ਉਹ ਉੱਪਰ ਬਹੁਤ ਜਾ ਸਕਦੀਆਂ ਹਜੇ ਵੀ ਜਿਹੜੀ ਅਵੇਲੇਬਿਲਟੀ ਉਹ ਘੱਟ ਹੋ ਸਕਦੀ ਕਿਉਂਕਿ ਜਦੋਂ ਲੋਕਾਂ ਨੂੰ ਇਹ ਪਤ ਲੱਗ ਗਿਆ 23% ਵਿਆਜ ਵਾਜਨ ਤਾਂ ਉਦੋਂ ਪਹਿਲਾਂ-ਪਹਿਲਾਂ ਸਭ ਨੇ ਲੈਣਾ ਸ਼ੁਰੂ ਕਰ ਦੇਣਾ ਇਹ ਘਰ ਫਟਾਫਟ ਇਹਦਾ ਫਰਕ ਪੈਗਾ ਹਾਂਜੀ ਹਾਂਜੀ ਦੇਖੋ ਜਿਹੜੀ ਤੇ ਘਰਾਂ ਦੀ ਗੱਲ ਹੈਗੀ ਨਾ ਹਜੇ ਵੀ ਜਿਕੇ ਪਾਜੀ ਇਨਵੈਂਟਰੀ ਬਹੁਤ ਘੱਟ ਹੈਗੀ ਹੈ ਕਹਿੰਦਾ ਭਾਅ ਵੀ ਸ਼ਹਿਰ ਦੇ ਵਿੱਚ ਜਾਂ ਪਿੰਡ ਕਿਤੇ ਵੀ ਚੱਲ ਜੂ ਤੁਸੀਂ ਛੋਟੇ ਸ਼ਹਿਰ 'ਚ ਵੱਡੇ ਸ਼ਹਿਰ ਦੇ ਵਿੱਚ ਵੀ ਘਰਾਂ ਦੀ ਅਵੇਲੇਬਿਲਟੀ ਹੈ ਜੀ ਵੀ ਲੱਭ ਲੱਭ ਕੇ ਕਹਿੰਦੇ ਨਾ ਵੀ ਅੱਜ ਤੇ ਪੁੱਛ ਕੇ ਪੜਾ ਵੀ ਕੋਈ ਘਰ ਵੇਚਣ ਲੱਗਾ ਤਾਂ ਲੜਦੋੜ ਦੱਸਦੇ ਭਰਾ ਮਰ ਦੱਸਦੇ ਅੱਜ ਦਾ ਇਹ ਮਾਹੌਲ ਹੈਗਾ ਸੋ ਹੱਲੇ ਜਿਹੜੀ ਇਨਵੈਂਟਰੀ ਹੈਗੀ ਹੈ ਇਹ ਹਜੇ ਘੱਟ ਹੀ ਰਹਿਣੀ ਹੈ ਥੋੜਾ ਟਾਈਮ ਲੱਗਣਾ ਕੋਵਿਡ ਦੇ ਕਾਰਨ ਬਹੁਤ ਚੀਜ਼ਾਂ ਆਈਆਂ ਇੱਕ ਚੇਂਜ ਆਈ ਹੈ ਵੀ ਘਰਾਂ ਦੀ ਖਰੀਦੋ ਫਰੋਦ ਜਿਹੜੀ ਬਹੁਤ ਘੱਟ ਗਈ ਹੈ ਉਤੋਂ ਵਿਆਜ ਇੰਨੇ ਘਟਾ ਹਰ ਹਰ ਇੱਕ ਦੇ ਮਨ ਦੇ ਵਿੱਚ ਇਹ ਹੁੰਦਾ ਯਾਰ ਮੈਂ ਘਰ ਹੋਣ ਲੱਗਾ ਇਹ ਨਾਲ ਕਿਤੇ ਮੈਂ ਰਹਿ ਨਾ ਜਾਵਾਂ ਪੀਐਨਓ ਵੀ ਕੱਲ ਨੂੰ ਰੇਟ 4-5% ਤੇ ਪਹੁੰਚ ਜਾਣ ਫਿਰ ਤੇ ਕਹਣਾ ਯਾਰ ਉਦੋਂ ਲੋਕਾਂ ਨੇ 2-2 2.5% ਦੇ ਕਰਾ ਲਏ ਸੀਗੇ ਤੇ ਹੁਣ ਅਸੀਂ 5% ਨੂੰ ਲਾਣ ਨੂੰ ਕਿੰਨੇ ਆ ਤੇ ਉਹ ਫਿਰ ਮੁਸ਼ਕਲ ਜੀ ਹੋ ਗਈ ਇਸ ਕਾਰਨ ਇਹ ਜਿਹੜੀਆਂ ਗੱਲਾਂ ਕੀ ਦੋ ਚਾਰ ਇਹਨਾਂ ਦਾ ਬਹੁਤ ਕਹ ਲਓ ਵੀ ਅੱਜਕੱਲ ਖਿਆਲ ਕਰਨਾ ਪੈਂਦਾ ਅੱਛਾ ਇਹ ਵੀ ਗੱਲ ਹੈਗੀ ਜਦੋਂ ਮੈਂ ਕਰ ਲੈਣਾ ਸੀਗਾ ਤੇ ਮੈਂ ਵੀ ਇਹ ਨਾਲ ਦੇ ਜਿਹਨਾਂ ਨੇ ਲੈਣਾ ਸੀ ਉਦੋਂ ਕਹਿੰਦੇ ਵੀ ਵੇਟ ਕਰ ਲਾ ਘਰਾਂ ਦੀ ਹਾਲਤ ਬਹੁਤ ਮਾੜੀ ਹੋ ਜਾਣੀ ਐ ਪਰ ਉਹ ਹੁਣ ਅੱਜ ਸਾਨੂੰ ਕਹਿੰਦੇ ਨੇ ਵੀ ਯਾਰ ਮੈਂ ਵੀ ਉਦੋਂ ਅਸੀਂ ਸੋਚਿਆ ਹੁੰਦਾ ਤੇ ਠੀਕ ਸੀਗਾ ਅਜੇ ਵੀ ਕੁਝ ਪਰਸੈਂਟ ਲੋਕ ਐਸੇ ਨੇ ਜਿਨਾਂ ਫਰਕ ਘਰਾਂ ਦੀ ਕੀਮਤ ਘਟ ਜਣੀ ਆ ਹਜੇ 6 ਮਹੀਨੇ ਰੁਕ ਜਾਈਏ ਸਾਡੇ ਗੱਲ ਕਰਦੇ ਕੋਈ ਜਿਹੜੇ ਖਾਸ ਹੀ ਹੈਗੇ ਨੇ ਉਹਨਾਂ ਨੇ ਇਹ ਸੋਚੀ ਵੀ ਅਸੀਂ ਹੁਣ 6 ਮਹੀਨੇ ਹੋਰ ਕੱਢ ਜਾਈਏ ਤੇ ਘਰਾਂ ਦੀ ਕੀਮਤ ਕਾਫੀ ਫਰਕ ਪੈ ਜੂ ਇਹੋ ਜਿਹਾ ਲੱਗਦਾ ਕੁਝ ਦੇਖੋ ਇਹੋ ਜੀ ਗੱਲ ਹੈਗੀ ਐ ਜਗੀ ਪਾਜੀ ਮੈਂ ਸਭ ਨੂੰ ਇੱਕ ਗੱਲ ਇਹ ਜਰੂਰ ਕਹਿਣਾ ਵੀ ਭਾਈ ਦੇਖੋ ਜੇ ਤੁਸੀਂ ਘਾ ਲੈਣਾ ਆਪ ਦੇ ਆਸਤੇ ਯਾਨੀ ਕਿ ਤੁਸੀਂ ਆਪ ਉਹਦੇ ਚ ਰਹਿਣਾ ਪਰਵਾਣੇ ਰਹਿਣਾ ਬੱਚਣ ਰਹਿਣਾ ਵਾਈਫ ਨੇ ਰਹਿਣਾ ਤੇ ਫਿਰ ਤੁਸੀਂ ਘਰ ਹੁਣ ਲਲੋ ਉਹ ਕਿਉਂ ਕਿਉਂਕਿ ਜਿਹੜੇ ਵਿਆਜ ਹੈਗੇ ਉਹ ਬਹੁਤ ਘੱਟ ਹੈਗੇ। ਇਹ ਗੱਲ ਵਿਆਜ ਦੀ ਜ਼ਿਆਦਾ ਹੈਗੀ ਹੈ ਘਰਾਂ ਦੇ ਪ੍ਰਾਈਸ ਦੀ ਗੱਲ ਨਹੀਂ ਜਾਂਦੀ। ਘਰ ਦੀ ਪ੍ਰਾਈਸ ਕੱਲ ਨੂੰ 50 ਹਜ਼ਾਰ ਘੱਟ ਵੀ ਜਾਊਗੀ ਨਾ ਅੰਦੇ ਝੜਾ ਵਿਆਜ 1% ਵੱਧ ਗਿਆ ਨਾ ਇਹ ਅਮਲੇ ਵੀ 30 ਸਾਲ ਤੱਕ ਇੱਕ ਦਿ ਤੁਹਾਨੂੰ ਘਰ ਛੋਟਾ ਮਿਲੂਗਾ। ਪੀ ਕਿਸ਼ਤ ਵੱਧ ਮਿਲ ਗਈ ਤੇ ਬੈਂਕ ਨੇ ਪੈਸੇ ਕਮਾ ਲਏ। ਸੋ ਐਸ ਵੇਲੇ ਜਿਹੜਾ ਇਹ ਦੌੜ ਚੋਂ ਅਸੀਂ ਨਿਕਲ ਰਹੇ ਹਾਂ ਨਾ ਇਹਦੇ ਵਿੱਚ ਘਰ ਲੈਣ ਦਾ ਜਿਹੜਾ ਬੰਦਵਸ ਦਾ ਟਾਈਮ ਜੇ ਤੁਹਾਡੇ ਕੋਲ ਹੈਗਾ ਤੇ ਤੁਸੀਂ ਲੈਣਾ ਚਾਹੁੰਦੇ ਜੇ ਪੁਲਿਸ ਇਹਦੇ ਵਾਸਤੇ ਸ਼ਾਨਾ ਕਾਲ ਜੁੜ ਕਰੋ ਤੇ ਗੱਲਬਾਤ ਕਰੋ। ਜੀ ਇੱਕ ਬ੍ਰੇ que la charinga en ਇੱਕ ਤੋਂ ਬਾਅਦ ਇੱਕ ਵਾਰ ਫੇਰ ਮੈਂ ਜਗਤਾਰ ਸਿੰਘ ਜੱਗੀ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ ਫਰੇਜ਼ਨੋ ਦਫ਼ਤਰ ਦੇ ਵਿੱਚੋਂ ਅੱਜ ਦਾ ਪ੍ਰੋਗਰਾਮ ਲਾਈਵ ਸਾਡੇ ਦਰਸ਼ਕ ਦੇਖ ਰਹੇ ਨੇ ਘਰਾਂ ਦੇ ਵਿੱਚ ਲਾਈਵ ਜਾਣਕਾਰੀ ਲੈ ਰਹੇ ਨੇ ਕੋਈ ਇਹਨਾਂ ਕੋਲੋਂ ਜਾਣਕਾਰੀ ਚਾਹੁੰਨ ਉਹ ਕਿਸੇ ਵੀ ਤਰ੍ਹਾਂ ਦੀ ਤੇ ਉਹ ਫੋਨ ਨੰਬਰ ਇਹਨਾਂ ਦਾ 550 905 2575 ਜਿਹੜਾ ਉਹ ਸਕਰੀਨ ਤੇ ਆ ਰਿਹਾ ਈਮੇਲ ਆਈਡੀ ਆ ਰਹੀ ਸਾਰਾ ਕੁਝ ਆ ਰਿਹਾ ਤੇ ਫਟਾਫਟ ਫੋਨ ਕਰਕੇ ਗੱਲਬਾਤ ਕਰਕੇ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਮੋਨ ਚੀਮਾ ਜੀ ਸਾਡੇ ਨਾਲ ਨੇ ਮੋਨ ਬਾਜੀ ਇੱਕ ਕਮਾਲ ਦੀ ਗੱਲ ਇਹ ਹੈ ਕਿ ਤੁਹਾਨੂੰ ਇੱਥੋਂ ਹੁਣ ਫੋਨ ਕਿੰਨੇ ਆਉਂਦੇ ਨਹੀਂ ਫੋਨ ਆਉਂਦੇ ਨੇ। ਇਹਨੂੰ ਸਾਨੂੰ ਬਹੁਤ ਫੋਨ ਆਉਂਦੇ ਨੇ। ਇਹ ਵੀ ਤੁਸੀਂ ਮੋਨ ਚੀ ਮਾਜੀ ਦਾ ਪ੍ਰੋਗਰਾਮ ਕਰਦੇ ਹੋ ਲਾਈਵ ਤੇ ਉਹ ਸਾਡੇ ਇਧਰ ਈਸਟ ਕੋਸਟ ਦੇ ਵਿੱਚ ਜਾਂ ਨਿਊਯਾਰਕ ਸਾਈਡ ਉਧਰ ਨਿਊਜਰਸੀ ਸਾਈਡ ਵੀ ਲੋਨ ਕਰਦੇ ਕਿ ਨਹੀਂ ਕਰਦੇ ਇਹ ਜ਼ਰੂਰ ਕਲੀਅਰ ਕਰੋ ਇੱਕ ਵਾਰ ਫੇਰ। ਹਾਂਜੀ ਹਾਂਜੀ। ਸੋ ਦੇਖੋ ਜੀ ਤੁਹਾਡੀ ਗੱਲ ਬੜੀ ਸਹੀ ਹੈਗੀ ਆ। ਕਾਲਾਂ ਦੀ ਜੇ ਗੱਲ ਕਰੀਏ ਤੇ ਕਈ ਵਾਰੀ ਮੈਨੂੰ ਕਾਲ ਬੰਬੇ ਤੋਂ ਵੀ ਆ ਜਾਂਦੀ ਹੈ। ਉਹ ਇੰਡੀਆ ਤੋਂ ਵੀ ਪ੍ਰੋ ਅਜਕਲ ਟੈਕਨੋਲੋਜੀ ਕਹ ਲੋ ਵੀ ਲੋਕਾਂ ਦਾ ਮਿਲਣਾ ਜੁਲਣਾ ਸੋਸ਼ਲ ਮੀਡੀਆ ਕਹ ਲੋ ਵੀ ਇੰਨਾ ਦੁਨੀਆਂ ਨੂੰ ਜੋੜਦਾ ਵੀ ਕਿ ਖਬਰ ਬਹੁਤ ਜ਼ਿਆਦਾ ਦੂਰ ਦੂਰ ਤੱਕ ਪਹੁੰਚ ਜਾਂਦੀ ਹੈ ਬਿਲਕੁਲ ਪਰ ਜਿਹੜੀ ਗੱਲ ਰਹੀ ਵੀ ਈਸ ਕੋਰਸ ਦੇ ਵਿੱਚ ਜੋ ਨਿਊ ਜਰਸੀ ਜਾਂ ਨਿਊਯਾਰਕ ਦੀ ਜਿਹੀ ਗੱਲ ਕਰੋ ਇਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਡਾ ਹੈਗਾ ਮੰਨ ਉੱਥੇ ਵੀ ਕੰਮ ਕਰਨ ਦਾ ਔਰ ਉਹਦੇ ਅਸੀਂ ਲਾਇਸੈਂਸ ਦੇ ਲੈਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਥੋੜਾ ਪ੍ਰੋਸੈਸ ਹੈਗਾ ਕੋਵਿਡ ਦੇ ਕਾਰਨ ਥੋੜਾ ਜਿਹਾ ਡਿਲੇ ਹੋ ਗਿਆ ਸੀਗਾ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉੱਥੇ ਵੀ ਲਾਇਸੈਂਸ ਲੈ ਕੇ ਕੋਈ ਲੋਨ ਕਰਾਂਗੇ ਨਹੀਂ ਇਹ ਇੱਕ ਤਾਂ ਗੱਲ ਹੋ ਗਈ ਆਉਣ ਵਾਲੇ ਟਾਈਮ 'ਚ ਅਸੀਂ ਲਾਇਸੈਂਸ ਲਵਾਂਗੇ ਲੇਕਿਨ ਹੁਣ ਜਿੱਦਾਂ ਸਾਡੇ ਹੀ ਉੱਥੇ ਹੈਗੇ ਨੇ ਦੋ ਜਾਨੇ ਤਾਂ ਆਫਿਸ ਦੇ ਵਿੱਚ ਹੀ ਹੈਗੇ ਨੇ ਜਿਨ੍ਹਾਂ ਨੇ ਮੇਰੇ ਪਰ ਲੈਂਡ ਤੋਂ ਬਾਅਦ ਸੋਚਿਆ ਸ਼ਾਇਦ ਉਹਨਾਂ ਨੂੰ ਇਹ ਲੱਗਿਆ ਵੀ ਇਹ ਤਾਂ ਕੰਮ ਹੀ ਸੌਖਾ ਲੋਨ ਦਾ ਪਰ ਇਸ ਕੰਮ ਸੌਖਾ ਨਹੀਂ ਸੀ ਸੌ ਤੇ ਉਹ ਦੋ ਬੰਦੇ ਸਾਡੇ ਹੀ ਹੈਗੇ ਨੇ ਜੀ ਜਿਹੜੇ ਤੁਹਾਨੂੰ ਬਾਰ ਬਾਰ ਪੁੱਛਦੇ ਵੀ ਨੇ ਸੋ ਹੁਣ ਐਟ ਪ੍ਰੈਜ਼ੈਂਟ ਕੀ ਪੋਜੀਸ਼ਨ ਹੈਗੀ ਆ ਜੇ ਤੁਹਾਨੂੰ ਕੋਈ ਈਸਟ ਕੋਸ ਤੋਂ ਅਪਰੋਚ ਕਰਦਾ ਹਾਂਜੀ ਸੇ ਜੇ ਕੋਈ ਸਾਡੇ ਸੱਜਣ ਹੈਗੇ ਨੇ ਜਿਨ੍ਹਾਂ ਨੂੰ ਵਾਕੇ ਬਹੁਤ ਜ਼ਿਆਦਾ ਕੋਈ ਜ਼ਰੂਰਤ ਦੀ ਕੰਮ ਹੈਗਾ ਹੈਗਾ ਤੇ ਨਹੀਂ ਹੋ ਰਿਹਾ ਜਾਂ ਕੋਈ ਕੰਮ ਉਹ ਸਾਨੂੰ ਕਾਲ ਕਰੇ ਤਾਂ ਫਿਰ ਅਸੀਂ ਉਹਨਾਂ ਵਾਸਤੇ ਜਿਹੜੇ ਸਾਡੇ ਨਾਲ ਇੱਥੋਂ ਦੇ ਪਾਰਟਨਰਸ ਹੁੰਦੇ ਆ ਨਾ ਜਿਹੜੇ ਕੰਪਨੀ ਵਾਲੇ ਵੱਡੇ ਹੈਗੇ ਆ ਤੇ ਉਹਨਾਂ ਨਾਲ ਅਸੀਂ ਗੱਲ ਕਰਕੇ ਇਹ ਪਤਾ ਕਰ ਸਕਨੇ ਆਂ ਕਿ ਜਿਹੜਾ ਉਹਨਾਂ ਦਾ ਸ਼ਹਿਰ ਹੈਗਾ ਵੀ ਉਹਦੇ ਵਿੱਚ ਸਾਡੇ ਕੀ ਰਿਲੇਸ਼ਨਸ ਹੈਗੇ ਆ ਇਹ ਕੋਈ ਕੰਪਨੀ ਐਕਸ ਹੈਗੀ ਆ ਫਿਰ ਸ਼ੁਣ ਉਹਨੂੰ ਉੱਥੇ ਗਾਈਡ ਕਰ ਸਕੀਏ ਜੇ ਤੁਸੀਂ ਕੋਈ ਮੈਂ ਖੁਦ ਲੋਨ ਉੱਥੇ ਕਰਸਦਾ ਉਹ ਮੈਂ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਰੈਫਰ ਯਾਨੀ ਕਿ ਮੈਂ ਦੱਸ ਰਿਹਾ ਵੀ ਆ ਜਿਹੜੀ ਕੰਪਨੀ ਹੈ ਜੀ ਇਹ ਤੁਹਾਡਾ ਲੋਨ ਕਰ ਦੂਗੀ ਉਹਨਾਂ ਨਾਲ ਮੈਂ ਗੱਲ ਵੀ ਕਰ ਲਵਾਂਗਾ ਤੁਹਾਡੇ ਬਿਹਫ ਤੇ ਤੇ ਤੁਹਾਡਾ ਜਿਹੜਾ ਕਾਰ ਸਾਰਾ ਕੰਮ ਹੈ ਉੱਥੇ ਹੋ ਸਕਦਾ ਜੇ ਕਿਸੇ ਨੂੰ ਇਸ ਵਾਰ ਦੇ ਖਾਸ ਸੂਰਤ ਹੋਵੇ ਤੁਸੀਂ ਕਾਲ ਕਰਕੇ ਸਾਡੇ ਕੋਲ ਪੁੱਛਾ ਦਿਓ ਤੇ ਉਹਦਾ ਅਸੀਂ ਥੋੜਾ ਬੋਧਾ ਕਹਿ ਲਵਾਂਗੇ ਇੰਤਜ਼ਾਮ ਪਰ ਲੋਨ ਜਿਹੜਾ ਹੈ ਉਥੋਂ ਦੀ ਸਟੇਟ ਦਾ ਉਹਨਾਂ ਨੇ ਕਰਨਾ ਹੈ ਹਾਂਜੀ ਇਹ ਕਿਉਂਕਿ ਇਹ ਚੀਜ਼ ਹੁੰਦੀ ਨਾ ਮੋਰ ਭਾਜੀ ਕਿ ਜਦੋਂ ਮੇਰਾ ਮੈਂ ਕਿ ਤੁਹਾਨੂੰ ਦੱਸਦਾ ਕਿਸੇ ਨੂੰ ਜਿਆਦਾ ਔਨ 에ਰ ਆਪਾਂ ਗੱਲ ਕਰਦੇ ਵੀ ਲੋਨ ਕਰਾਇਆ ਉਦੋਂ ਬਹੁਤ ਸਾਰੇ ਲੋਕਾਂ ਦਾ ਫਿਰ ਇਹ ਵਿਸ਼ਵਾਸਿਕ ਬਣ ਜਾਂਦਾ ਵੀ ਵਾਕੇ ਹੀ ਅਸੀਂ ਇਹ 纽约ਖੀ ਖਾਸ ਕਰਕੇ ਗੱਲ ਕਰੀਏ ਤੇ ਉਥੋਂ ਕਾਫੀ ਮੈਨੂੰ ਵੀ ਕੰਮ ਆਉਂਦੀਆਂ ਤੇ ਅੱਛਾ ਚਲੋ ਅਸੀਂ ਨਿਊਯਾਰਕ ਤੁਸੀਂ ਹਜੇ ਫਿਲਹਾਲ ਨਹੀਂ ਕਰ ਸਕਦੇ ਜਿਹੜੇ ਡਾਇਰੈਕਟ ਅਸੀਂ ਗੱਲ ਕਰੀਏ ਉਹ ਕਿਹੜੀ ਕਿਹੜੀ ਸਟੇਟਸ ਹੈਗੀਆਂ ਤੁਸੀਂ ਪਟੱਕ ਦੇਣੀ ਜਿਹੜਾ ਉੱਥੇ ਕੰਮ ਕਰ ਸਕਦੇ ਲੋਕਾਂ ਦਾ ਦੇਖੋ ਜਿਹੜਾ ਮੇਨ ਸਾਡਾ ਕੰਮ ਹੈਗਾ ਕੈਲੀਫੋਰਨੀਆ ਸਟੇਟ ਆਫ ਵਾਸ਼ਿੰਗਟਨ ਤੇ ਕੋਲੋਰਾਡਾ ਵਿੱਚ ਤਿੰਨ ਸਟੇਟਾਂ ਵਿੱਚ ਅਸੀਂ ਕਹਿੰਦੇ ਵੀ ਕੰਪਲੀਟਲੀ ਇਹ ਕੰਮ ਕਰਨੇ ਆ ਜੀ ਬਾਕੀ ਜਿਹੜੇ ਸਟੇਟਸ ਹੈਗੇ ਉਹਨਾਂ ਬਾਰੇ ਅਸੀਂ ਕਹ ਲਓ ਵੀ ਜਾਣਕਾਰੀ ਵੀ ਲਿਆ ਰਹੇ ਆ ਵੀ ਕਿਹੜੀ ਸਟੇਟ ਵਿੱਚ ਸਾਡੇ ਕਹ ਲਓ ਆਪਣੇ ਪੰਜਾਬੀਆਂ ਦਾ ਭਾਈਚਾਰਾ ਜ਼ਿਆਦਾ ਹੈਗਾ ਉੱਥੇ ਅਸੀਂ ਜਾਣਦੇ ਵੀ ਕੋਸ਼ਿਸ਼ ਕਰਾਂਗੇ ਸੋ ਆਉਣ ਵਾਲਾ ਟਾਈਮ ਦੱਸੂਗਾ ਜੀ ਥੋੜਾ ਕੋਵਿਡ ਦੇ ਕਾਰਨ ਗਵਰਨਮੈਂਟ ਦੇ ਆਫੀਸਰਸ ਕਹ ਲਓ ਵੀ ਉਹ ਬੜੇ ਸਲੋ ਤਰੀਕੇ ਨਾਲ ਚਾਹਦੇ ਸੀਗੇ ਜਦੋਂ ਸਾਰੇ ਖੁੱਲ ਜਾਣਗੇ ਫਿਰ ਅਸੀਂ ਕੁਝ ਇੱਕ ਸਟੇਟਸ ਨੂੰ ਹੋਰ ਐਡ ਕਰਾਂਗੇ ਜੀ ਹੁਣ ਤਾਂ ਕਾਫੀ ਖੁੱਲ ਗਏ ਅੱਛਾ ਮੈਂ ਹੁਣ ਸੋਚਦਾ ਵੀ ਤੁਸੀਂ ਘਰ ਤੋਂ ਦਵਾਤਾ ਵੀ ਥੋੜੀ ਬੰਦ ਨਾਲ ਜ਼ਮੀਨ ਲੈ ਕੇ ਰੱਖ ਲਈਏ ਖੱਤੇ ਦੋ ਚਾਰ ਤੇ ਉਹਦਾ ਕੀ ਪ੍ਰੋਸੀਜਰ ਹੁੰਦਾ ਉਹਦੇ ਵਾਸਤੇ ਕੀ ਕੀ ਦੀ ਜਿਹੜੀ ਖੇਤਾਂ ਦੇ ਲੋਨ ਦੀ ਗੱਲ ਕਰਦੇ ਆਂ ਹਾਂਜੀ ਸੋ ਸਾਡਾ ਇੱਕ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਖਾਸ ਕਰਕੇ ਜਿੱਥੇ ਮੈ ਰਹਿੰਦਾ ਸੈਂਟਰਲ ਵੈਲੀ ਇੱਥੇ ਕਹਿੰਦੇ ਨੇ ਅਸੀਂ ਇਸ ਪੂਰੇ ਦੇਸ਼ ਦੀ ਵਿਦੇਸ਼ਾਂ ਦੀ ਵੀ ਇੱਕ ਤਰ੍ਹਾਂ ਦੀ ਕੈਪੀਟਲ ਹੈਗੇ ਆ ਜਦੋਂ ਕੋਈ ਗੱਲ ਕਰਦਾ ਬੀਗ ਫਰੂਟਸ ਵੀ ਕਹ ਲੋ ਬਦਾਮਾਂ ਦੀ ਕਹ ਲੋ ਜਾਂ ਖੇਤੀਬਾੜੀ ਨਾਲ ਜੁੜੀ ਪੰਜਾਬੀਆਂ ਨੂੰ ਹੋਰ ਕਿਤੇ ਹੱਥ ਹੈਗਾ ਤਾਂ ਮੈਂ ਬੜੇ ਗਰਵ ਨਾਲ ਕਹਣਾ ਵੀ ਸਾਡਾ ਪੰਜਾਬੀ ਦਾ ਹੱਥ ਸੈਂਟਰਲ ਕੈਲੀਫੋਰਨੀਆ 'ਚ ਬਹੁਤ ਭਾਰੀ ਹੈਗਾ ਬਹੁਤ ਜਗ੍ਹਾ ਸੀ ਸਪਲਾਈ ਇੱਥੇ ਜਿਹੜੀ ਸਾਡੀ ਸਟੇਟ ਆ ਉਹ ਸਪਲਾਈ ਕਰਦੀ ਆ ਐਗਰੀਕਲਚਰ ਨਾਲ ਜੁੜੀਆਂ ਚੀਜ਼ਾਂ ਨੂੰ ਤੇ ਜਿਹੜਾ ਇੱਕ ਸਾਡੇ ਮਾਂ ਪੰਜਾਬੀਆਂ ਦੇ ਮਨ ਦੇ ਵਿੱਚ ਹਮੇਸ਼ਾ ਸਵਾਲ ਹੁੰਦਾ ਕਿ ਉਹ ਹੀ ਪੰਜਾਬ ਤੋਂ ਆਏ ਆ ਪਿੱਛੋਂ ਦੀ ਤੇ ਸਾਡੀਆਂ ਜ਼ਮੀਨਾਂ ਨਾਲ ਬੜਾ ਪਿਆਰ ਹੈਗਾ ਉੱਥੇ ਵੀ ਹੈਗਾ ਇੱਥੇ ਵੀ ਬੰਦਾ ਜਾਂਦਾ ਸੋ ਜੇ ਕਿਸੇ ਨੇ ਕਹ ਲਓ ਵੀ ਐਗਰੀਕਲਚਰ ਖੱਤਿਆਂ ਵਾਸਤੇ ਲੋਨ ਕਰਾਣੇ ਹੈਗੇ ਨੇ ਤੇ ਉਹਨਾਂ ਵਾਸਤੇ ਜਿਹੜੀ ਗੱਲਬਾਤ ਇਹ ਹੈ ਜੀ ਵੀ ਜੇ ਤੇ ਤੁਸੀਂ ਕਹੋ ਮੇਰੇ ਕੋਲ ਐਕਸਪੀਰੀਅੰਸ ਹੈਗਾ ਵੀ ਮੈਂ ਇੱਥੇ ਕੰਮ ਕੀਤਾ ਜਾਂ ਤੁਹਾਨੂੰ ਕੋਈ ਨੌਲੇਜ ਹੈਗੀ ਹੈ ਤੇ ਫਿਰ 20 ਤੋਂ ਲੈ ਕੇ 30% ਦੇ ਕੇ ਡਾਊਨ ਤੁਹਾਡਾ ਜਿਹੜਾ ਖੱਤਿਆਂ ਦਾ ਲੋਨ ਆ ਹੋ ਸਕਦਾ ਕਾਫੀ ਲੋਕ ਕਰਾਉਂਦੇ ਨੇ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੈਗੀ ਹੈ ਲੇਕਿਨ ਜੇ ਆਮ ਤੌਰ ਤੇ ਖਤੇ ਕੌਣ ਹੁੰਦਾ ਜਿਨ੍ਹਾਂ ਨੇ 20 ਏਕੜ ਲੈਣੇ ਹੋਣ ਤੇ ਜ਼ਮੀਨ ਚੋਂ ਪੈਸੇ ਕਮਾਣੇ ਵੀ ਕਰਦੇ ਘਰ ਦੇ ਘਰ ਕੋ 20 ਏਕੜ ਹੋਣ ਤਾਂ ਥੋੜਾ ਬੋਧਾ ਤੁਹਾਨੂੰ ਕਹ ਲਵੋ ਉਹ ਚੋਂ ਪੈਸੇ ਬਣ ਸਕਦੇ ਹੈਗੇ ਪਰ ਕਈ ਸਾਡੇ ਕੋਲ ਐਦਾਂ ਦੇ ਵੀ ਕਲਾਇੰਟ ਆਉਂਦੇ ਨੇ ਜਿਹੜੇ ਕਹਿੰਦੇ ਭਾਈ ਘਰ ਵੀ ਲਾ ਦੋ ਨਾਲ 5 ਏਕੜ ਹੋਣ ਉਹੋ ਜੇ ਘਰ ਵੀ ਅਸੀਂ ਉਹਨਾਂ ਦੇ ਵਿੱਚ ਲੋਨਸ ਕਰਨਾ ਮਤਲਬ ਘਰ ਵੀ ਉੱਥੇ ਹੀ ਹੋਵੇ ਜ਼ਮੀਨ ਦੇ ਵਿੱਚ ਹੀ ਤੇ 5 ਏਕੜ ਜ਼ਮੀਨ ਹੋਵੇ ਆਪਣਾ ਖਾਣ ਪੀਣ ਜੋਗਾ ਸਮਾਨ ਜਿਹੜਾ ਬਣ ਜਾਂਦਾ ਬਣ ਜਾਂਦਾ ਹਾਂਜੀ ਹਾਂਜੀ ਇਹੋ ਜੇ ਵੀ ਤੁਸੀਂ ਰੀਅਲ ਏਸਟੇਟ ਦੇ ਵਿੱਚ ਅਵੇਲੇਬਲ ਵੀ ਕਰਾ ਦਿੰਦੇ ਜੇ ਕਿਸੇ ਨੂੰ ਚਾਹੀਦਾ ਹੋ ਕੰਨੇ ਰੀਅਲ ਏਸਟੇਟ ਵਿੱਚ ਇਹ ਹੋ ਜਾਂਦਾ ਵੀ ਹੁਣ ਜੇ ਕਿਸੇ ਬੰਦੇ ਨੇ ਕਹ ਲੋ ਵੀ ਪਹਿਲਾਂ ਆਉਣ ਦੇ ਸਾਡੇ ਕੋਲ ਪਾਜੀ ਲੋਨ ਦਾ ਦੇਖ ਲਈਏ ਵੀ ਲੋਨ ਸਾਡਾ ਕਿੰਨਾ ਦਾ ਹੋਣਾ ਉਹ ਨਾਲ ਫਿਰ ਕਹਿੰਦੇ ਪਾਜੀ ਤੁਸੀਂ ਸਾਨੂੰ ਘਰ ਵੀ ਲੱਭ ਦੋਗੇ ਅਸੀਂ ਕਹਿੰਨੇ ਉਹ ਵੀ ਸਾਡਾ ਕੰਮ ਹੈਗਾ ਜ਼ੈਂਡਰ ਰੀਅਲ ਏਸਟੇਟ ਦਾ ਕੰਮ ਹੀ ਹੋਗਾ ਤੇ ਜਦੋਂ ਉਹ ਦੋ ਚੀਜ਼ਾਂ ਲੱਲੀਆਂ ਜਿਵੇਂ ਤੁਸੀਂ ਮੈਨੂੰ ਪੁੱਛਿਆ ਵੀ ਜੀ ਸਾਡੇ ਕੋਲ ਚਲੋ ਆ ਦੋ ਚੀਜ਼ਾਂ ਤੇ ਹੋ ਗਈਆਂ ਹੁਣ ਨੈਕਸਟ ਕੀ ਹੈਗਾ ਫਿਰ ਅਸੀਂ ਕਹਿੰਨੇ ਤੁਸੀਂ ਦੱਸੋ ਕੀ ਚਾਹੀਦਾ ਜੀ ਤੁਸੀਂ ਕੋਈ ਜੀ ਮੈਂ ਖੱਤੇ ਲੈਣੇ ਆ ਜਾਂ ਮੈਂ ਕੋਈ ਗੈਸ ਸਟੇਸ਼ਨ ਖਰੀਦਣਾ ਹੈਗਾ ਜਾਂ ਮੈਂ ਕੋਈ ਹੋਟਲ-ਮੋਟਲ ਦਾ ਕੰਮ ਕਰਨਾ ਚ ਜੁੜੇ ਇਹ ਸਾਰੇ ਇੱਥੇ ਹੋ ਜਾਂਦੇ ਆ ਬੜਾ ਸੌਖਿਆ ਤੇ ਕਨਾਲੀ ਤੇ ਜਿਵੇਂ ਅਸੀਂ ਗੱਲ ਕਰਦੇ ਸੀ ਵੀ ਘਰਾਂ ਦੇ ਵਿੱਚ ਤਾਂ ਤੁਸੀਂ ਮੇਰੇ ਖਾਲ ਮਿਨੀਮਮ 3% ਤੱਕ ਵੀ ਡਾਊਨ ਪੇਮੈਂਟ ਨਾਲ ਵੀ ਘਰ ਫਾਈਨਾਂਸ ਕਰਾਏ ਨੇ ਮੇਰੀ ਵੀ ਜਿੱਦਾ ਬਹੁਤ ਘੱਟ ਸੀ ਡਾਊਨ ਪੇਮੈਂਟ ਤੇ ਖੇਤੀਬਾੜੀ ਦੇ ਵਿੱਚੋਂ ਘੱਟ ਘੱਟ 20 ਤੋਂ 30% ਹੀ ਜ਼ਰੂਰੀ ਹੈ ਹਾਂਜੀ ਖੇਤੀਬਾੜੀ ਵਿੱਚ ਇੰਨਾ ਕੋ ਮੰਨਦੇ ਮੰਨਦੇ ਕਿਉਂਕਿ ਖੇਤੀਬਾੜੀ ਥੋੜਾ ਜਿਆਦਾ ਕਹ ਲੋ ਵੀ ਬੜਾ ਲਗਧਰਾ ਦਾ ਟ੍ਰੇਡ ਹੈਗਾ ਉਹ ਆਰਮ ਟ੍ਰੇਡ ਨਹੀਂ ਹੈਗਾ ਸੋ ਇਸ ਕਾਰਨ ਉਹ ਜਿਹੜੇ ਬੈਂਕ ਵਾਲੇ ਹੈਗੇ ਉਹਨਾਂ ਦੇ ਰੂਲਸ ਹੈਗੇ ਆ ਉਹ ਇੰਨੀ ਕਿ ਡੈਮੰਡ ਤੁਹਾਡੇ ਕੋਲ ਮਿਨੀਮਮ 20% ਤੁਹਾਨੂੰ ਦੇਣੀ ਦੇਣੀ ਪੈਣੀ ਆਹੋ ਜੀ ਬੈਂਕਾਂ ਨੂੰ ਪਤਾ ਜੀ ਤਾਂ ਤਾਂ ਹੀ ਉਹਦਾ ਪੈਸੇ ਆਉਣੇ ਆ ਚਲੋ ਇਹ ਇੱਕਦ ਨਾਲ ਨਾਲ ਖੇਤੀਬਾੜੀ ਦੀ ਜਿਹੜੀ ਗੱਲ ਹੈਗੀ ਇਹਦੇ ਸ਼ਾਇਦ ਹੁਣ ਤੁਹਾਡਾ ਤੁਸੀਂ ਕਰਦੇ ਨਹੀਂ ਕਰਦੇ ਡੀਲ ਮੈਨੂੰ ਪਤਾ ਨਹੀਂ ਪਰ ਜਿਹੜੇ ਖੇਤੀਬਾੜੀ ਦੀ ਗੱਲ ਕੀਤੀ ਹੈ ਤੇ ਅਸੀਂ ਬਹੁਤ ਜਗ੍ਹਾ ਜਾਣੇ ਆ ਤੇ ਉਹ ਗੱਲ ਕਰਦੇ ਨੇ ਵੀ ਸਮਾਨ ਜਿਹੜਾ ਲੈਣਾ ਹੁੰਦਾ ਸੀ ਉਹ ਫਾਈਨਾਂਸ ਕਰਾਉਣਾ ਚਾਹੁੰਦੇ ਆ ਖੇਤੀਬਾੜੀ ਦਾ ਸਬੰਧਤ ਕੋਈ ਹਾਰਵੈਸਟਰ ਕੋਈ ਟਰੈਕਟਰ ਕੋਈ ਕੁਛ ਹੈਗਾ ਤੇ ਉਹਦੇ ਬਾਰੇ ਵੀ ਜੈਂਡਰ ਕਰਦਾ ਕੰਮ ਨਹੀਂ ਹਾਂ ਜੀ ਇਹ ਸਵਾਲ ਬੜਾ ਵਧੀਆ ਹੈਗਾ ਉਹਦਾ ਮੈਂ ਜਵਾਬ ਤੁਹਾਨੂੰ ਇੱਧਰ ਦੱਸਣਾ ਮੈਂ ਕਿਤੇ ਕਹਿਣ ਲੱਗਿਆ ਜਵਾਬ ਠਹਿਰ ਕੇ ਦੇਵਾਂਗਾ ਜੀ ਦੇਣਾ ਮੈਂ ਠਹਿਰ ਕੇ ਸੀਗਾ ਪਰ ਤੁਸੀਂ ਤੁਹਾਡੇ ਭਰਾਵਾਂ ਨਾਲ ਗੱਲ ਹੁੰਦੀ ਹੈ ਐਕਚੁਅਲੀ ਸਾਡੀ ਕੰਪਨੀ ਇੱਕ ਜਿਹੜੀ ਨਵੀਂ ਕੰਪਨੀ ਲਾਂਚ ਕਰਨ ਜਾ ਰਹੀ ਹੈ ਆਣ ਟਾਈਮ ਦੇ ਵਿੱਚ ਜੀ ਉਹ ਉਹਦਾ ਨਾਮ ਹੈਗਾ ਜ਼ੈਂਡਰ ਕੈਪੀਟਲ ਕੋਰਪ ਇਹਦਾ ਜਿਹੜਾ ਮੇਨ ਰੀਜਨ ਖੋਲਣ ਦਾ ਇਹ ਹੈਗਾ ਕਿ ਜਿਵੇਂ ਤੁਸੀਂ ਸਾਡੇ ਕੋਲ ਸਵਾਲ ਪੁੱਛਿਆ ਇਦਾਂ ਹੀ ਸਾਡੇ ਜਿਹੜੇ ਕਲਾਇੰਟਸ ਹੈਗੇ ਆ ਉਹ ਇਹ ਕਹਿੰਦੇ ਨੇ ਵੀ ਅਸੀਂ ਇਕਵਿਪਮੈਂਟ ਫਾਈਨਾਂਸਿੰਗ ਭੀ ਜਿਹੜੇ ਜਿਹੜੇ ਹੁਣ ਕਮਰਸ਼ੀਅਲ ਟਰੱਕ ਡਰਾਈਵਰ ਹੈਗੇ ਯਾ ਜਿੰਨਾ ਉਹ ਖੇਤੀਬਾੜੀ ਦਾ ਕੰਮ ਉਹ ਥਰੇਸ਼ਰ ਕਹ ਲੋ ਜਾਂ ਮਸ਼ੀਨਾਂ ਜਾਂ ਟਰੈਕਟਰ ਲੈਣੇ ਹੈਗੇ ਨੇ ਇਦਾਂ ਹੀ ਰੈਸਟੋਰੈਂਟ ਵਾਲੇ ਡਾਕਟਰਸ ਹੈਗੇ ਡਾਕਟਰ ਨੇ ਆਪਣਾ ਸੀਟੀ ਸਕੈਨ ਦੀ ਮਸ਼ੀਨ ਆਣੀ ਹੈ ਇਹ ਸਾਰਾ ਕੁਝ ਇਕਵਿਪਮੈਂਟ ਚ ਆ ਜਾਂਦਾ ਅੱਛਾ ਜੀ ਤੇ ਇਹ ਜੈਂਡਰ ਕੈਪੀਟਲ ਜਿਹੜੀ ਵੀ ਨਵੀਂ ਕੰਪਨੀ ਅਸੀਂ ਲਾਂਚ ਕਰਾਂਗੇ ਉਹਦੇ ਵਾਸਤੇ ਅਸੀਂ ਸਪੈਸ਼ਲ ਅਨਾਉਂਸਮੈਂਟ ਕਰਾਂਗੇ ਪਰ ਇਹ ਆਉਣ ਵਾਲੇ ਟਾਈਮ 'ਚ ਇੱਕ ਨਵੀਂ ਕੰਪਨੀ ਹੋਊਗੀ ਜਿਹਦੇ ਤਹਿਤ ਇਕਵਿਪਮੈਂਟ ਫਾਈਨਾਂਸਿੰਗ ਸਾਡੇ ਭਾਈਚਾਰਿਆਂ ਨੂੰ ਅਸੀਂ ਪੇਸ਼ ਕਰਾਂਗੇ ਤੇ ਕਿਸੇ ਲੋੜ ਹੋएगी ਉਹ ਵੀ ਸਾਨੂੰ ਉਹ ਸਾਡੇ ਆਫਿਸ 'ਚ ਉਹ ਵੀ ਜਿਹੜਾ ਕੰਮ ਹੈ ਉਹ ਕਰਾ ਸਕਣਗੇ ਕ ਗੱਲ ਕੀਤੀ ਸੀ ਮੈਂ ਕਿਹਾ ਚਲੋ ਥੋੜਾ ਜਿਆ ਦਰਸ਼ਕਾਂ ਨੂੰ ਹੌਸਲਾ ਹੋ ਜਾਏਗਾ ਕਿ ਘਟੋਕਟ ਜਿੰਨੇ ਤੁਹਾਡੇ ਕਲਾਈਂਟ ਨੇ ਚਾਹੇ ਘਰ ਵਾਲੇ ਨੇ ਚਾਹੇ ਖੇਤੀਬਾੜੀ ਵਾਲੇ ਚਾਹੇ ਰੈਸਟੋਰੈਂਟ ਵਾਲੇ ਬਿਜ਼ਨਸ ਵਾਲੇ ਉਹਨਾਂ ਨੂੰ ਇਹ ਹੌਸਲਾ ਹੋ ਜਾਏਗਾ ਵੀ ਵਾਕਿਆ ਹੀ ਚਲੋ ਅੱਜ ਨਹੀਂ ਤੇ ਕੱਲ ਨੂੰ ਸਾਡਾ ਇਹ ਕੰਮ ਵੀ ਮੂਹਣ ਚੀਮਾ ਜੀ ਕਰਵਾ ਸਕਦੇ ਨੇ ਅੱਛਾ ਅਸੀਂ ਇੱਕ ਵਾਰ ਫਿਰ ਇਹਦੇ 'ਲ ਝਾਉਨੇ ਆ ਜੀ ਮਾਰਗੇਜ ਵਾਲੇ ਪਾਸੇ ਜੀ ਮਾਰਗੇਜ ਦੀ ਅਸੀਂ ਹਮੇਸ਼ਾ ਗੱਲ ਕਰੀਦੀ ਆ ਤੇ ਇੱਕ ਹੁਣ ਸਮਾਂ ਜਿਹੜਾ ਪਿਛਲਾ ਲੰਘ ਕੇ ਗਿਆ ਉਦੋਂ ਟਾਈਮ ਵੀ ਬੜਾ ਲੱਗਣ ਲੱਗ ਪਿਆ ਸੀ ਕਲੋਜ਼ਰ ਨੂੰ ਤੇ ਬੈਂਕਾਂ ਨੇ ਜਿਹੜੀਆਂ ਗਾਈ ਕਾਗਜ਼ ਪੱਤਰ ਜਿਹੜੇ ਕਰਦੇ ਉਹ ਵੀ ਬਰੀਕ ਛਾਣਾ ਬਹੁਤ ਲਾ ਲਿਆ ਸੀ ਬਹੁਤ ਬਰੀਕ ਛਾਣਾ ਲਾ ਲਿਆ ਸੀਗਾ ਤੇ ਲੋਨ ਜਿਹੜੇ ਆ ਉਹਨਾਂ ਨੂੰ ਹੁੰਦੇ ਸੀ ਜਿਹੜੇ ਬਿਲਕੁਲ ਸਾਰਾ ਕੁਝ ਸਹੀ ਸੀਗੇ ਤੇ ਹੁਣ ਕੋਵਿਡ ਖਤਮ ਹੋਣ ਨਾਲ ਹਜੇ ਬੈਂਕ ਨੇ ਗਾਈਡਲਾਈਨਾਂ ਥੋੜੀਆਂ ਨਰਮ ਕੀਤੀਆਂ ਕਾਗਜ਼ ਪੱਤਰ ਨਰਮ ਕੀਤੇ ਇਹ ਇਹਨੂੰ ਕਲੋਜ਼ਿੰਗ ਨੂੰ ਟਾਈਮ ਘਟਿਆ ਜਾਂ ਨਹੀਂ ਹਜੇ ਥੋੜਾ ਬੋਧਾ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਹੁਣ ਕੋਵਿਡ ਜੋ ਕਿ ਕੋਵਿਡ ਹੁਣ ਘਟਦਾ ਜਾਂਦਾ ਹੈ ਬੈਂਕ ਖੁੱਲ ਗਏ ਆ ਕਾਫੀ ਬੈਂਕਸ ਨੂੰ ਪਤਾ ਵੀ ਚੱਲ ਗਿਆ ਕਿ ਕਿੱਦਾਂ ਕੰਮ ਕਰਨਾ ਤੇ ਇਹਦੇ ਕੰਮ ਥੋੜੀ ਜੀ ਆਸਾਨੀ ਹੋ ਗਈ ਹੈ ਕੁਛ ਇੱਕ ਨਵ ਇੱਕ ਜਿਹੜੀ ਜਿਹੜੀ ਏਜੰਸੀ ਹੁੰਦੀ ਹੈ ਫੈਨੀਮੀ ਤੇ ਫੈਨੀਮੀਕ 2 ਹੈਗੀਆਂ ਇੱਕ ਨੇ ਕਿਹਾ ਵੀ ਜੇ ਤੁਹਾਡਾ ਲੋਨ ਨਹੀਂ ਹੋਇਆ ਕਾ ਤੁਸੀਂ ਰੀਫਰੈਂਸ ਕਾਹ ਚਾਹਦੇ ਹੋ ਤੇ ਤੁਹਾਡੀ ਜੇ ਡੈਟ ਟੂ ਇਨਕਮ ਯਾਨੀ ਕਿ ਤੁਹਾਡੀ ਇਨਕਮ ਬਹੁਤ ਘੱਟ ਆ ਤੁਸੀਂ ਨਹੀਂ ਹੋ ਸਕੇ ਹੁਣ ਪਹਿਲਾਂ ਜਾਂਦੇ ਸੀ ਅਪ ਟੂ 45% ਤੱਕ ਜਾਂ 50% ਤੱਕ ਯਾਨੀ ਕਿ ਅੱਧੀ ਕਿ ਇਨਕਮ ਤੁਹਾਡੀ ਸਮਝੋ ਉਧਰ ਚਲ ਗਈ ਹੁਣ ਉਹਨਾਂ ਨੇ ਵਧਾ ਕੇ 65% ਤੇ ਲਿਆ ਦਿੱਤੇ ਇਹਦੇ ਵਿੱਚ ਬੜੀ ਬੜੇ ਲੋਕ ਹੈਗੇ ਨੇ ਜਿਨ੍ਹਾਂ ਦਾ ਰੀਫਰੈਂਸ ਨਹੀਂ ਹੋ ਸਕਿਆ ਸੀਗਾ ਜਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਵੀ ਕਿ ਇਹਨਾਂ ਕਹਿੰਦਾ ਵੀ ਭਾਈ ਤੁਹਾਡੀ ਇਨਕਮ ਹੈ ਨਹੀਂ ਤੇ ਤੁਹਾਡਾ ਲੋਨ ਰੀਫਰੈਂਸ ਨਹੀਂ ਹੋ ਸਕਦਾ ਹੁਣ ਉਹਦੇ ਵਾਸਤੇ ਥੋੜੀ ਜੀ ਸਰਕਾਰ ਨੇ ਰਾਹਤ ਦਿੱਤੀ ਹੈ ਸੋ ਇਹਦੇ ਵਾਸਤੇ ਜੀ ਕਿਸੇ ਨੂੰ ਲੋਨ ਹੋਵੇ ਤੇ ਨੰਬਰ ਮੇਰਾ 558 9 ਦੇ 2575 ਹੈਗਾ ਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਟੈਕਸ ਮੈਸੇਜ ਵੀ ਕਰ ਸਕਦੇ ਹੋ ਤੇ ਮੈਨੂੰ ਪੁੱਛੋ ਜਰੂਰ ਸਾਡੀ ਕੰਪਨੀ ਨੂੰ ਪੁੱਛੋ ਜਰੂਰ ਵੀ ਜ਼ੈਂਡਰ ਮਾਰਗੇਜ ਉਹਨਾਂ ਵਾਸਤੇ ਕੀ ਕਰ ਸਕਦੀ ਹੈ ਵਿਆਜ ਹੱਲੇ ਵੀ ਬਹੁਤ ਘਟਨੇ ਇਸ ਚੀਜ਼ ਦਾ ਜੂਰ ਫਾਇ ਚੱਕੋ ਔਰ ਸਾਨੂੰ ਕਾਲ ਕਰਕੇ ਆਪਣੀ ਜਿਹੜੀ ਵੀ ਸਥਿਤੀ ਹੈਗੀ ਤੁਸੀਂ ਕਿੱਥੋਂ ਮਰਜੀ ਲੋਨ ਕਰਾਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਸਿਰਫ ਇਹ ਹੈਗਾ ਕਿ ਤੁਸੀਂ ਆਪਣੇ ਸਵਾਲ ਸਾਡੇ ਜੂਰ ਪੁੱਛ ਲਓ ਵੀ ਤੁਹਾਨੂੰ ਸਹੀ ਵਿਆਜ ਮਿਲ ਰਿਹਾ ਤੁਹਾਡੀਆਂ ਫੀਸਾਂ ਸਹੀ ਲੱਗੀਆਂ ਆ ਸਾਡਾ ਲੋਨ ਕਹੋ ਵੀ ਰੀਫਿਨੈਂਸ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਹਾਂਜੀ ਫਾਈਨੈਂਸ ਤੇ ਰੀਫਾਈਨੈਂਸ ਸਾਰਾ ਫਾਈਨੈਂਸ ਦਾ ਅੱਜਕੱਲ ਪੂਰਾ ਜੋਰ ਚੱਲ ਰਿਹਾ ਤੇ ਇੱਕ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈਗਾ ਵੀ ਪੈਸਾ ਤੇ ਉਹਨਾਂ ਕੋਲੇ ਹੈਗਾ ਤੇ ਉਹ ਕਿਵੇਂ ਲੋਨ ਲੈ ਸਕਦੇ ਮੰਨ ਲਓ 1099 ਨਹੀਂ ਹੈ W2 ਨਹੀਂ ਹੈ ਸੈਲਫ ਆਪਣਾ ਕੰਮ ਕਰ ਕਰਦੇ ਨੇ ਤੇ ਉਹਨਾਂ ਵਾਸਤੇ ਕੀ ਗਾਈਡਲਾਈਨ ਹੈ ਹਾਂਜੀ ਸੋ ਜਗੀ ਭਾਜੀ ਇਹ ਬਹੁਤ ਇੱਥੇ ਸਵਾਲ ਹੈਗਾ ਔਰ ਸਭ ਦਰਸ਼ਕਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਵੀ ਜੇ ਤੁਸੀਂ ਲੋਨ ਕਰਾਣਾ ਚਾਹੁੰਦੇ ਹੋ ਨਾ ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਕਿਸੇ ਨੇ ਇਨਕਮ ਨਹੀਂ ਪਰਿ ਹੋਏ ਪਰ ਉਹਨੂੰ 109 ਮਿਲਦਾ ਅਸੀਂ 109 ਦੇ ਬੇਸ ਤੇ ਉੱਪਰ ਵੀ ਲੋਨ ਕਰ ਸਕਦੇ ਆ ਠੀਕ ਹੈ ਕੋਈ ਕਹੇ ਜੀ ਮੇਰੇ ਕੋ ਕਾਗਜ਼ ਨਹੀਂ ਹੈਗੇ ਮੈਂ ਤੇ ਫੋਰਨ ਇੰਵਰਸਰ ਆਗਾ ਮੈਂ ਤੇ ਨਾ ਕੈਨੇਡਾ ਚ ਮੈਂ ਅਮਰੀਕਾ ਚ ਕੱਲਾ ਹਾਂ ਅਸੀਂ ਉਹ ਵੀ ਲੋਨ ਕਰ ਸਕਦੇ ਆ ਕੋਈ ਕਹੇ ਜੀ ਮੇਰੇ ਕੋ ਤੇ ਸਿਰਫ ਗ੍ਰੀਨ ਕਾਰਡ ਹੈ ਨਹੀਂ ਗਾ ਮੇਰੇ ਕੋ ਤੇ ਵਰਕ ਪਰਮਿਟ ਆਗਾ ਕੱਲਾ ਉਹਦੇ ਬੇਸ ਤੇ ਹੋ ਜਾਊਗਾ ਉਹਦੇ ਬੇਸ ਤੇ ਵੀ ਅਸੀਂ ਲੋਨ ਕਰ ਸਕਦੇ ਆ ਕਹਿੰਦਾ ਮਤਲਬ ਵੀ ਇਹ ਲੋਨ ਜੇ ਅਸੀਂ ਕਿੰਨੇ ਵੀ ਅਸੀਂ ਕਿੰਨੇ ਜੈਂਡਰ ਮਾਰਗੇਜ ਤੋਂ ਚਲੋ ਕੰਪਨੀ ਹੈਗੀ ਹੈ ਜੈਂਡਰ ਮਾਰਗੇਜ ਤੋਂ ਵੱਡੀ ਸਰਕਾਰ ਹੈਗੀ ਹੈ ਔਰ ਇੱਥੋਂ ਦੀ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਵੀ ਜੇ ਤੁਸੀਂ ਕਾਹ ਲੈਣਾ ਚਾਹੁੰਦੇ ਹੋ ਅਸੀਂ ਤੁਹਾਡੇ ਨਾਮ ਆ ਜਦੋਂ ਸਰਕਾਰ ਇਹੋ ਜੀ ਹਾਮੀ ਭਰਦੀ ਹੈ ਨਾ ਤੇ ਅਸੀਂ ਇੰਨੀ ਗੱਲ ਜ਼ਰੂਰ ਕਹਿੰਦੇ ਆ ਵੀ ਜੇ ਤੁਸੀਂ ਲੋਨ ਲੈਣਾ ਚਾਹੁੰਦੇ ਹੋ ਜੇ ਨਾ ਤੇ ਸਾਨੂੰ ਤੁਸੀਂ ਯਾਦ ਜ਼ਰੂਰ ਕਰੋ ਸਾਨੂੰ ਕਾਲ ਕਰੋ ਆਪਣੀ ਜਿਹੜੀ ਵੀ ਕੰਡੀਸ਼ਨ ਹੈਗੀ ਤੁਹਾਡੀ ਫਾਈਨੈਂਸ ਦੀ ਦੱਸੋ ਸਾਨੂੰ ਵੀ ਆ ਸਾਡੇ ਕੋਲ ਇੰਨੇ ਪੈਸੇ ਹੈਗੇ ਐਨੀ ਸਾਡੀ ਇਨਕਮ ਹੈਗੀ ਵੀ ਸਾਡਾ ਲੋਨ ਹੋ ਸਕਦਾ ਕਿ ਨਹੀਂ ਹੋ ਸਕਦਾ ਬਾਕੀ ਜ਼ਿੰਮੇਵਾਰੀ ਸਾਡੀ ਅਸੀਂ ਚੈੱਕ ਕਰ ਤਾਨੂੰ ਸਹੀ ਸਹੀ ਜਵਾਬ ਪੋਸਿਬਿਲਿਟੀ ਦਤਾਂਗੇ ਇਹ ਲੋਨ ਤਾਂ ਮੇਰੇ ਖਿਆਲ ਮੁੰਜੀ ਮਜੀ ਜਿਹੜਾ ਕਿਸੇ ਦਾ ਕ੍ਰੈਡਿਟ ਸਕੋਰ ਬਾਰੇ ਘੱਟ ਹੈਗਾ ਉਹ ਉਹਨਾਂ ਨੂੰ ਵੀ ਜਾਂਦਾ ਤੇ ਉਹਨਾਂ ਨੂੰ ਸਿਰਫ ਇਹ ਆ ਵੀ ਤੁਹਾਡਾ ਵਿਆਜ ਵੱਧ ਘੱਟ ਹੁੰਦਾ ਥੋੜਾ ਬਹੁਤ ਤੇ ਇਹ ਵੀ ਹੋ ਜਾਂਦਾ ਕ੍ਰੈਡਿਟ ਸਕੋਰ ਮਿਨੀਮਮ ਜਿਹੜਾ ਹੈਗਾ ਉਹ ਕਿੰਨਾ ਚਾਹੀਦਾ ਇਹਦੇ ਚ ਦੇਖੋ ਮਿਨੀਮਮ ਸਕੋਰ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਐਫ ਐਚ ਏ ਦੀ ਗੱਲ ਕਰੀਏ ਕਿਉਂਕਿ ਇਹ ਘੱਟ ਤੋਂ ਘੱਟ ਸਕੋਰ ਤੇ ਵੀ ਕਰਦੇ ਆ ਮਿਨੀਮਮ 580 ਹੈਗਾ ਸਕੋਰ ਆਹ ਸਾ ਜੀ 580 ਦੇ ਵੀ ਹਾਂਜੀ ਐਫ ਐਚ ਏ ਦਾ ਲੋਨ ਲੈਣਾ ਹੋ ਜਾਂਦਾ ਜੇ ਤੁਸੀਂ ਕੋਈ ਕਨਵੈਨਸ਼ਨਲ ਲੋਨ ਮਿਨੀਮਮ ਉਹ 620 ਹੈਗਾ ਵੀਰ ਜੀ ਸੋ 500 ਸੀ ਅਫੇਚੇ ਤੇ 620 ਜਿਹੜਾ ਹੈਗਾ ਉਹ ਕਨਵੈਨਸ਼ਨਲ ਲਾਉਣਾ ਜਿਹੜਾ ਕਿ ਮੈਜੋਰਟੀ ਆਫ ਦ ਬੈਂਕਸ ਕਹਿੰਦੇ ਵੀ ਇੰਨਾ ਕਿ ਤੁਹਾਡਾ ਸਕੋਰ ਜਿਹੜਾ ਹੋਣਾ ਚਾਹੀਦਾ ਜੇ ਤੁਸੀਂ ਕਰਤ ਲਾਉਣ ਕਾਉਣਾ ਜੀ ਇੱਕ ਜਿਵੇਂ ਸਾਡੇ ਉੱਥੇ ਨਿਊਯਾਰਕ ਸੀ ਜਦੋਂ ਤੁਹਾਨੂੰ ਗੱਲ ਕਰੀ ਸੀ ਫੋਨ ਤੇ ਕਰੀ ਸੀ ਸਾਡੇ ਜਸ ਪੰਜਾਬੀ ਤੇ ਮੁੰਡਾ ਕੰਮ ਕਰਦਾ ਜਿਵੇਂ ਉਹ ਦੋਨੋਂ ਮੰਮੀ ਤੇ ਉਹ ਦੋਨੋਂ ਕਮਾਉਂਦੇ ਨੇ ਜੇ ਇਹਦਾ ਜੁਆਇੰਟ ਪੇਮੈਂਟ ਹੈਗੀ ਆ ਜੁਆਇੰਟ ਇਨਕਮ ਹੈਗੀ ਆ ਇੱਕ ਦੀ 3000 ਇੱਕ ਦੀ 4000 ਐ 5 ਉਹ ਦੋਵੇਂ ਕਿਵੇਂ ਕਾਊਂਟ ਕਰ ਸਕਦੇ ਆ ਆਪਾਂ ਹਾਂਜੀ ਸੋ ਇਨਕਮ ਦੇ ਵਿੱਚ ਇਦਾਂ ਹੁੰਦਾ ਵੀ ਹੁਣ ਜੇ ਇੱਕ 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 ਮਮ ਤੇ ਉਹਨਾਂ ਦਾ ਬੇਟਾ ਇਕੱਠੇ ਜੁੜ ਕੇ ਲੋਨ ਕਵਾ ਜਾਂਦੇ ਸੋ ਇਸ ਜੀ ਉਹਨਾਂ ਦੀ ਦੋਵਾਂ ਦੀ ਇਨਕਮ ਜਿਹੜੀ ਕੰਬਾਈਨ ਹੋ ਸਕਦੀ ਹੈ ਉਹ ਇਕੱਠੇ ਮਿਲ ਕੇ ਕਾਰ ਲੈ ਸਕਦੇ ਨੇ ਸੋ ਬੇਸਿਕਲੀ ਵੀ ਜਸਟ ਕੰਬਾਈਨ ਦਾ ਇਨਕਮ ਕਿ ਜਿਹੜੀ ਡੈਟ ਪਰਪਸਿਸ ਆਸ ਤੇ ਦੇਖਨੇ ਆ ਵੀ ਇਹਨਾਂ ਕੋ ਘਰ ਦੀ ਪੇਮੈਂਟ ਦੇਣ ਜੋ ਕੇ ਪੈਸੇ ਹੈਗੇ ਭਾਵੇਂ ਇੱਕ ਬੰਦਾ ਹੋਵੇ ਭਾਵੇਂ ਦੋ ਹੋਣ ਭਾਵੇਂ ਤਿੰਨ ਹੋਣ ਅਪ ਟੂ 3 ਪੀਪਲ ਅਸੀਂ ਈਜ਼ੀਲੀ ਜੋੜ ਸਕਦੇ ਆ ਜੀ ਤੇ ਜਿਹੜਾ ਇਹ ਜੋੜਦੇ ਆ ਫਿਰ ਉਹ ਕੋ-ਸਾਈਨਰ ਹੁੰਦੇ ਜਾਂ ਉਹਦਾ ਕੋਈ ਹੋਰ ਪ੍ਰੋਸੀਜਰ ਹੁੰਦਾ ਜੇ ਨਾਲ ਇਦਾਂ ਦੋ ਜਣੇ ਰਲ ਕੇ ਚਾਹੇ ਭਰਾ ਰਲ ਕੇ ਰਹਿੰਦੇ ਨੇ ਚਾਹੇ ਕੋਈ ਕੋਈ ਵੀ ਰਿਸ਼ਤੇਦਾਰ ਲੈਂਦੇ ਨੇ ਕੋ-ਸਾਈਨਰ ਐਡ ਹੁੰਦੇ ਜਾਂ ਕਿਸ ਤਰ੍ਹਾਂ ਹੁੰਦੇ ਫਿਰ ਹਾਂਜੀ ਹੁੰਦੇ ਵੈਸੇ ਕੋ-ਬਾਰਰਸ ਸਾਰੇ ਜਿਹੜੇ ਇਹਨਾਂ ਨੇ ਮਿਲ ਕੇ ਬਾਰੋ ਮਨੀ ਕੀਤੀ ਹੈ ਬੋਰੋ ਮੈਂ ਪਛਕੋ ਬੋਰੋ ਇਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਕੋ-ਬਾਰਰਸ ਹੈਗੇ ਉਹਦੇ ਵਿੱਚ ਇੱਕ ਜਿਹੜੀ ਚੀਜ਼ ਜਿਹੜੀ ਸਮਝ ਦੀ ਗੱਲ ਹੈਗੀ ਹੈ ਉਹਦੇ ਵਿੱਚ ਇਹ ਹੁੰਦਾ ਵੀ ਹਮ ਸਪੋਰਟ ਕਰ ਤੁਸੀਂ ਕੈਲੀਫੋਰਨੀਆ ਚ ਘਰ ਆ ਰਹੇ ਹੋ ਤੁਹਾਡੀ ਇਨਕਮ ਨਹੀਂ ਹੈਗੀ ਤੁਹਾਡਾ ਬ੍ਰਦਰ ਇੰਦਾ ਟੈਕਸਸ ਦੇ ਵਿੱਚ ਤੇ ਉਹ ਤੁਹਾਡੇ ਸਿਸਟਰ ਦੇ ਉਹਨਾਂ ਦੇ ਨਿਊਯਾਰਕ ਦੇ ਵਿੱਚ ਹੁਣ ਲੋਨ ਤੁਸੀਂ ਕੱਲ ਫੋਨੇ ਕਰਨਾ ਤੇ ਕਿਹਦੀ ਕਿਹਦੀ ਇਨਕਮ ਕਾਉਂਟ ਹੋ ਸਕਦੀ ਹੈ ਤਿੰਨਾਂ ਦੀ ਇਨਕਮ ਕਾਉਂਟ ਹੋ ਸਕਦੀ ਹੈ ਜਿਹੜੇ ਬਾਕੀ ਆਊਟ ਆਫ ਸਟੇਟ ਵੀ ਆਊਟ ਆਫ ਸਟੇਟ ਜਿਹੜੇ ਬਾਕੀ ਦੋ ਆ ਉਹਨੂੰ ਅਸੀਂ ਕਹਿੰਦੇ ਨਾਨ ਓਨਰ ਆਕਿਪਾਈਡ ਵੀ ਉਹਨਾਂ ਨੇ ਘਰ ਨਹੀਂ ਲੈਣਾ ਸਿਰਫ ਉਹਨਾਂ ਨੇ ਤੁਹਾਡੇ ਤੇ ਕੋ ਬਾਰ ਬਾਰ ਤੁਹਾਡੇ ਨਾਲ ਕਰਨੇ ਆ ਇਹ ਬੜੀ ਵੱਡੀ ਗੱਲ ਹੈ ਤੇ ਬੜੇ ਲੋਕਾਂ ਨੂੰ ਹੀ ਹੁੰਦਾ ਯਾਰ ਮੇਰਾ ਭਰਾ ਤੇ ਰਹਿੰਦਾ ਦੂਜੀ ਸਟੇਟ ਉਹ ਕਿਦਾਂ ਸਾਈਨ ਕਰ ਦੂਗਾ ਇੱਥੇ ਆ ਕੇ ਉਹ ਸਿਰਫ ਲੋਨ ਵਾਸਤੇ ਸਾਈਨ ਕਰਨ ਨੂੰ ਆ ਕੇ ਰਹਿਣਾ ਨਹੀਂ ਚੋਇਸ ਕਰਨੀ ਵੀ ਖਿਆਲ ਰੱਖੋ ਵੀ ਕੋ ਬਾਰ ਹੋ ਜਿਹੜਾ ਹੈਗਾ ਉਹ ਦੂਜੀਆਂ ਸੇਟਾਂ 'ਚ ਵੀ ਰਹਿ ਸਕਦਾ ਤੁਹਾਡੀ ਉਹ ਹੈਲਪ ਕਿਤੇ ਵੀ ਕਰ ਸਕਦਾ ਮਤਲਬ ਇਹ ਆਪਣਾ ਸਵਾਲ ਨਵਾਂ ਆਪਾਂ ਪਹਿਲਾਂ ਕਦੇ ਪੁੱਛਿਆ ਨਹੀਂ ਹੈ ਬਹੁਤ ਵੱਡਾ ਸਵਾਲ ਵੈਸੇ ਹੈਗਾ ਪਰ ਇਹ ਆਮ ਹੁੰਦਾ ਹੈ ਨਹੀਂ ਨਹੀਂ ਯਾਰ ਉਹ ਤਾਂ ਉੱਥੇ ਰਹਿੰਦਾ ਇਹ ਬਹੁਤ ਵਧੀਆ ਗੱਲ ਹੋ ਗਈ ਇੱਕ ਇਹ ਜਿਵੇਂ ਕੋ-ਸਾਈਨਰ ਦੀ ਅਸੀਂ ਗੱਲ ਕੀਤੀ ਹੈ ਕੋ-ਸਾਈਨਰ ਤੇ ਕੋ-ਬਾਇਰ 'ਚ ਫਰਕ ਹੈ ਕੋ-ਸਾਈਨ ਕਰਨਾ ਕਿੰਨਾ ਕੋ ਮਤਲਬ ਜਾਇਜ਼ਾ ਕਰਨਾ ਚਾਹੀਦਾ ਨਹੀਂ ਜਾਂ ਕਿਸੇ ਨੂੰ ਕੋ-ਸਾਈਨ ਜਾਂ ਮੈਂ ਕੁਝ ਦਿਆ ਤਾਂ ਮੈਂ ਕੋ-ਸਾਈਨ ਦੇ ਕਰਾਉਣਾ ਤੇ ਮੇਰੇ ਵਾਸਤੇ ਕੀ ਫਾਇਦੇ ਕੀ ਨੁਕਸਾਨ ਦੇਖੋ ਕੋ-ਸਾਈਨਰ ਕੰਡੀਸ਼ਨ ਆ ਇਹ ਹੁੰਦੀ ਹੈ ਕੋਸ਼ਾਂ ਦੇ ਨਾਰਮਲੀ ਹੁੰਦਾ ਵੀ ਕਿਸੇ ਦੀ ਜੇ ਇਨਕਮ ਕੱਟ ਹੋਵੇ ਨਾ ਉਸ ਟਾਈਮ ਤੁਹਾਨੂੰ ਕੋਸ਼ਾਂ ਨਾ ਜਾਂ ਕੋਈ ਬਰਬਰਤ ਨਾਲ ਲਾਣਾ ਪੈਂਦਾ ਆਦਰਵਾਇਜ਼ ਹੋਰ ਕੋਈ ਰੀਜ਼ਨ ਨਹੀਂ ਹੁੰਦਾ ਹਾਂਜੀ ਹੁ ਕਿਉਂਕਿ ਬਾਕੀਆਂ ਦੇ ਜੇ 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 ਕੋਈ ਕ੍ਰੈਡਿਟ ਸਕੋਰ ਤੇ ਘਟਵਾਤ ਹੁੰਦਾ ਚਲੋ ਮੈਂ ਮੰਨਣਾ ਪਰ ਕਿਹੜੀ ਇਨਕਮ ਨਹੀਂ ਹੁੰਦੀ ਹੋ ਜੇ ਕ੍ਰੈਡਿਟ ਸਕੋਰ ਬੜਾ ਘੱਟ ਹੈਗਾ ਸਕੋਰ ਕੈਸ ਸਕੋਰ 550 ਹੈਗਾ ਤੜਾ ਲੋਨ ਹੀ ਨਹੀਂ ਹੁੰਦਾ ਫਿਰ ਉਹ ਬੰਦਾ ਉਹਦੇ ਨਾਂ ਤੇ ਲੋਨ ਉਹਦੇ ਜਿਹੜਾ ਮਰਜੀ ਕੋਸ਼ਣ ਲਾਓ ਫਿਰ ਫਰਗ ਨਹੀਂ ਪਣਾ ਕਿਉਂਕਿ ਬੈਂਕਾਂ ਨੂੰ ਦੇਖਣਾ ਵੀ ਰਿਸਕ ਕਿੱਥੇ ਹੈਗਾ ਨਾ ਜਿਹੜਾ ਬੰਦਾ ਵੀ ਕਿੱਥੇ ਜਾ ਕੇ ਗੜਬੜ ਹੋਣੀ ਹੈ ਇੱਕ ਹੀ ਕੋਸਾਈਨਰ ਦੇ ਵੀ ਕਹਿੰਦੇ ਵੀ ਭਾਈ ਤੂੰ ਕੋਸਾਈਨਰ ਨਾ ਕਰੋ ਕੱਲ ਨੂੰ ਉਹਨੇ ਪੇਮੈਂਟਾਂ ਬੰਦ ਕਰਤੀਆਂ ਤੇਰੇ ਗੱਲ ਪੈਣੀ ਐ ਇਦਾਂ ਦਾ ਹੁੰਦਾ ਕੁਝ ਜਾਂ ਜਾਂ ਮਤਲਬ ਕੋਸਾਈਨਰ ਜਿਹੜਾ ਹੈਗਾ ਉਹ ਚੋਂ ਦਾ ਹਿੱਸਾ ਵੀ ਹੁੰਦਾ ਜੇ ਕੋਸਾਈਨ ਕਰਦਾ ਮੰਨ ਲਓ ਪੇਮੈਂਟਾਂ ਨਹੀਂ ਦਿੰਦਾ ਦਿੰਦੇ ਤੇ ਘਰ ਵੇਚਦੇ ਵੂਦੇ ਤੇ ਉਹ ਚ ਹ ਦੇਖੋ ਜਦੋਂ ਕੋਈ ਬੰਦਾ ਕੋ-ਸਾਈਨ ਕਰਦਾ ਉਹਦਾ ਉਹਦੇ ਕਰੈਡਿਟ ਦੇ ਉੱਪਰੇ ਲੋਨ ਚੜ ਜਾਂਦਾ ਜੀ ਹੁਣ ਜਿਹੜੇ ਮੇਨ ਪਾਰਟੀ ਸੀ ਉਹਨੇ ਘੱਟ ਲਿਆ ਕੋ-ਸਾਈਨ ਨੇ ਤੇ ਕੋ-ਸਾਈਨ ਗਿਆ ਆਪਣੇ ਘਰ ਚ ਲਗੇ ਹੋਰ ਤੇ ਉਹਨਾਂ ਨੂੰ ਤਾਂ ਖਿਆਲ ਹੋ ਗਿਆ ਹੁਣ ਜਿਹੜੇ ਇਹ ਜਿਹੜੇ ਬੰਦੇ ਨੇ ਘੱਟ ਲਿਆ ਇਹਨੇ ਜੇ ਪੇਮੈਂਟਾਂ ਦੇਣੀਆਂ ਬੰਦ ਕਰ ਦਿੱਤੀਆਂ ਤੇ ਜਿਹੜੇ ਬੰਦੇ ਨੇ ਕੋ-ਸਾਈਨ ਕੀਤਾ ਉਹਦਾ ਰੈਕਡ ਖਰਾਬ ਹੋ ਜਾਊਗਾ ਰੈਕਡ ਖਰਾਬ ਇਹ ਤਾਂ ਹੋਇਆ ਹੋਇਆ ਉਹਦਾ ਵੀ ਖਰਾਬ ਹੋ ਜਾਊਗਾ ਸੋ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਵੀ ਕੋ-ਸਾਈਨ ਕਰਨਾਸਤੇ ਸੋਚ ਸਮਝ ਕੇ ਕੋ-ਸਾਈਨ ਕਰੋ ਜੇ ਤੁਹਾਡਾ ਵਾਕਏ ਕਿਸੇ ਬੰਦੇ ਤੇ ਵਿਸ਼ਵਾਸ ਹੈਗਾ ਤੇ ਤਾਂ ਕੋਸ਼ਨ ਕਰੋ ਕੋਈ ਮਜਬੂਰੀ ਜਾ ਕੇ ਜਿਹੜਾ ਕੋਸ਼ਨ ਕਰਨ ਮੈਂ ਉਹਦੇ ਵਾਸਤੇ ਕਿਉਂਕਿ ਐਜ਼ ਅ ਬੈਂਕ ਸਾਡਾ ਇੱਕ ਮਕਸਦ ਇਹ ਵੀ ਹੁੰਦਾ ਵੀ ਬੈਂਕ ਦੇ ਵੀ ਰੱਖੀ ਕਰਨੀ ਜੀ ਬਿਲਕੁਲ ਉਸ ਤੋਂ ਬਾਅਦ ਮਾਰਕੀਟ ਦੀ ਰੱਖੀ ਵੀ ਹੁੰਦੀ ਹੈ ਤਾਂ ਕਿ ਜਦ ਸਾਡੇ ਲੋਨ ਸਹੀ ਹੋ ਸੋ ਇਸ ਕਾਰਨ ਕੋਸ਼ਨ ਉਹਦੋ ਕਰੋ ਜੇ ਜਦੋਂ ਵਾਕਏ ਤੁਹਾਨੂੰ ਲੱਗੇ ਮੈਂ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੋ ਤੁਹਾਡਾ ਆਪਸੀ ਕਰ ਉਹ ਬਹੁਤ ਪਿਆਰ ਹੈਗਾ ਵੀ ਤੁਸੀਂ ਪੇਮੈਂਟਾਂ ਜਿਹੜੇ ਦੇਣੀਆਂ ਆਦਰਵਾਇਸ ਕੋਸ਼ਨ ਨਹੀਂ ਕਰਨੀ ਜੀ ਬਹੁਤ ਮਿਹਰਬਾਨੀ ਮੈਂ ਕਿਹਨਾ ਪ੍ਰੋਗਰਾਮ ਇੱਥੇ ਆ ਕੇ ਕਰਿਆ ਕਰੀਏ ਟਾਈਮ ਦਾ ਪਤਾ ਨਹੀਂ ਲੱਗਦਾ ਟਾਈਮ ਸਗ ਦਿੱਤੀ ਹੈ ਇਹ ਜਾਣਕਾਰੀ ਅਸੀਂ ਅੱਗੇ ਵੀ ਸਾਡੇ ਦਰਸ਼ਕਾਂ ਨੂੰ ਦਿੰਦੇ ਰਵਾਂਗੇ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਮੋਹਨ ਸਿੰਘ ਚੀਮਾ ਜੀ ਦਾ ਨੰਬਰ 905 558 905 2575 ਤੇ ਈਮੇਲ ਆਈਡੀ ਜਾਂ ਵੈੱਬਸਾਈਟ ਤੇ ਕਿਤੇ ਵੀ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਵੀ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਮੇਰੇ ਕੋਲ ਵੀ ਫੋਨ ਨੰਬਰ ਲੈਂਦੇ ਆ ਤੇ ਮੈਂ ਵੀ ਉਹਨਾਂ ਨੂੰ ਦੇ ਦਿੰਦਾ ਹਾਂ ਉਹਨਾਂ ਅਖੀਰ ਦੇ ਵਿੱਚ ਘਰਾਂ ਵਿੱਚ ਬੈਠੇ ਦਰਸ਼ਕਾਂ ਬਹੁਤ-ਬਹੁਤ ਧੰਨਵਾਦ ਮੋਹਨ ਚੀਮਾ ਜੀ ਤੁਹਾਡਾ ਬਹੁਤ-ਬਹੁਤ ਸਤਿਕਾਰ ਜੀ ਥੈਂਕ ਯੂ ਸਰ ਜੀ